ਇਹਨਾਂ ਦੇ ਯਾਰ ਕਾਟੋ ਕਲੇਸ਼ 'ਚ, ਛੜਿਆਂ ਦੇ 'ਚ ਆਪਾਂ ਨੂੰ ਆਪਦੀ ਨਿੱਜੀ ਜ਼ਿੰਦਗੀ ਦੇ ਫੈਸਲੇ ਕਰਨ ਦਾ ਵੀ ਟਾਈਮ ਨਹੀਂ ਲੱਗਦਾ, ਹੈ ਨਾ, ਸੋਚਣ ਦਾ। ਹੁਣ ਕਦੇ ਕਿਸੇ ਨਾਲ ਗੱਲਬਾਤ ਕਰ ਲਈ ਇਹਨੇ, ਕਿਸੇ ਨਾਲ ਕਰ ਲਈ, ਕਦੇ ਕਿਸੇ ਤੋਂ ਲੰਬਾ ਦਵਾਤਾ, ਉਹਦੇ 'ਤੇ ਰਹਿ ਪਿਆ, ਉਹਨੂੰ ਦਾਰੂ ਨਾਲ ਅਟਕਾਤਾ, ਹੈਂ, ਉਹ ਵੀ ਲੰਬੇ ਵਾਲਾ ਕੰਮ ਹੀ ਹੋ ਗਿਆ। ਤੇਰੀ ਮੰਮੀ ਨੂੰ ਤਾਂ ਨਹੀਂ ਦੱਸਿਆ ਫਿਰ ਫੋਨ ਤੇ ਵੀ ਐ ਬਣਿਆ? ਨਾ, ਦੱਸਿਆ ਨਹੀਂ, ਮੈਂ ਡੈਡੀ ਨੂੰ ਪੁੱਛਿਆ ਸੀ, ਡੈਡੀ ਕਹਿੰਦੇ ਤਬੀਅਤ ਖਰਾਬ ਹੋ ਗਈ ਡੈਡੀ ਦੀ ਮੇਰੇ ਦੀ, ਵਿਚਾਰੇ ਦੀ। ਤੋ ਬਿਮਾਰ ਮੂਰ ਹੋ ਗਏ? ਬਿਮਾਰ ਹੀ ਹੋਣਾ, ਜਿਹੜੇ ਵਿਚਾਰੇ ਨੇ ਕਦੇ ਪੀਤੀ ਨਹੀਂ, ਕਰੀ ਨਹੀਂ। ਉਹ ਚੱਲ ਯਾਰ, ਇਹਨਾਂ ਦੀ ਗੱਲਾਂ ਛੱਡ, ਇਹ ਛੜੇ ਹੁਣ ਦੋਨੇ ਉੱਜੜੇ ਹੋਏ ਨੇ, ਸੱਤ ਸੁੱਤ 'ਚ ਗਏ ਨੇ। ਹੁਣ ਤੈਨੂੰ ਵੀ ਪਤਾ ਆਪਣੇ ਵਿਆਹ ਨੂੰ ਕਿੰਨੇ ਮਹੀਨੇ ਹੋ ਗਏ, ਹੈ ਨਾ, ਅਤੇ ਯਾਰ ਆਪਣਾ ਵੀ ਔਖਾ ਹੀ ਅੱਗੇ ਪੀੜ੍ਹੀ ਦਾ, ਹੈ ਨਾ। ਮੈਂ ਹੁਣ ਤੈਨੂੰ ਇਹੀ ਸਲਾਹ ਆਉਂਦਾ ਬਈ ਆਪਾਂ ਕਿਸੇ ਨਰਸ ਨੁਰਸ ਨੂੰ ਦਿਖਾ ਲਈਏ, ਉਦੋਂ ਬਾਅਦ ਟੈਸਟ ਟੁਸਟ ਕਰਾ ਲਈਏ ਅਤੇ ਕਿਸੇ ਵਧੀਆ ਡਾਕਟਰ ਤੋਂ ਦਵਾਈ ਲੈ ਲਈਏ। ਹੁਣ ਐਂ ਦੇਖ, ਵਿਆਹ ਬੰਦਾ ਕਿਉਂ ਕਰਾਉਂਦਾ, ਹੈ ਨਾ, ਬਈ ਪੀੜ੍ਹੀ ਅੱਗੇ ਵੱਧੇ, ਨਹੀਂ ਤਾਂ ਬੰਦਾ ਉਹਦੇ ਨਾਲ ਛੜੀ ਠੀਕ ਆ ਫਿਰ। ਇਹਨਾਂ ਦੇ ਕੰਜਰ ਕਲੇਸ਼ ਦੇ ਚੱਕਰਾਂ 'ਚ ਆਪਾਂ ਤਾਂ ਉਦੋਂ ਮੈਂ ਤੁਸੀਂ ਮੈਨੂੰ ਲੱਗਦਾ ਮੈਨੂੰ ਕਿਹਾ ਵੀ ਸੀ ਵੀ ਆਪਾਂ ਪਤਾ ਨਹੀਂ ਕਿਹੜੇ ਡਾਕਟਰ ਕੋਲ ਜਾਣਾ, ਦਿਮਾਗ 'ਚੋਂ ਹੀ ਨਿਕਲ ਗਿਆ ਮੇਰੇ ਵੀ। ਔਰ ਸੁਨਾਮ ਬਿਰਜ ਵਾਲਾ ਨਰਸ ਨੂੰ ਦਿਖਾ ਆਉਣੇਗੇ, ਮੈਂ ਭੁੱਲੀ ਗਈ ਫਿਰ ਦਿਮਾਗ 'ਚੋਂ ਨਿਕਲ। ਇਹਨਾਂ ਦਾ ਕਲੇਸ਼ ਕਰਦੇ ਨੇ, ਉਦੋਂ ਪਹਿਲਾਂ ਉਹ ਆ ਗਈ ਕਮਲ ਆ ਗਈ, ਉਦੋਂ ਨਹੀਂ ਆਪਾਂ ਨੂੰ ਟਾਈਮ ਲੱਗਿਆ, ਮੁੜ ਕੇ ਵਿਚਾਰਾ ਡੈਡੀ ਆ ਗਿਆ, ਉਦੋਂ ਇਹਨਾਂ ਨੇ ਕਲੇਸ਼ ਕਰਿਆ। ਇੰਨਾ ਸ਼ੁਕਰ ਆ ਕਮਲ ਤਾਂ ਇੱਥੋਂ ਚੱਲ ਚਲੀ ਗਈ, ਉਹਦੇ ਨਾਲ ਇਹੋ ਜਿਹਾ ਕੁਛ। ਤੂੰ ਐਂ ਕਰ, ਮੈਂ ਕਹਿਣਾ ਗਾ ਸੁਨਾਮ ਤਾਂ ਦੂਰ ਆ, ਆਪਾਂ ਹੱਥ ਨੇ ਲਹਿਰੇ ਖੋਖਰ ਵਾਲੀ ਨਰਸ ਕੋਲ ਚੱਲਦੇ, ਉਹਨੂੰ ਦਿਖਾ ਕੇ ਆਉਣੇ ਆਗੇ। ਕਿਹੜੀ ਨਰਸ? ਉਹ ਖੋਖਰ ਵਾਲੀ ਨਰਸ ਆ ਗਈ, ਜਸਵਿੰਦਰ ਮੈਡਮ ਆ ਲਹਿਰੇ। ਅੱਛਾ, ਹਾਂ, ਉਹਨੂੰ ਦਿਖਾ ਕੇ ਆਉਣੇ ਆ, ਵਧੀਆ, ਉਹ ਵੀ ਸਿਆਣੀ ਆ ਗਈ, ਸਰਕਾਰੂ ਰਹੀ ਹੋਈ ਆ ਪਹਿਲਾਂ। ਨਾ ਕੋਈ ਨਹੀਂ, ਤਾਂ ਜਾ ਆਵਾਂਗੇ, ਜਾਣਾ ਹੀ ਆ, ਜਿਹੜਾ ਕੰਮ ਕਰਨਾ ਤਾਂ। ਹੋਰ ਐ ਮਾੜਾ ਮੋਟਾ ਸਲਾਹ ਲੈ ਆਵਾਂ, ਕੋਈ ਦਵਾਈ ਬੂਟੀ ਦੇ ਦੂਗੀ? ਹਾਂ, ਇਹ ਤਾਂ ਹੈ, ਕੁਝ ਦੱਸ ਦੂ ਵੀ ਆਹ ਖਾਣਾ ਪੀਣਾ ਨਹੀਂ, ਕੋਈ ਠੰਡੀ ਦਵਾਈ ਦੂਈ ਦੇ ਦੂ, ਕਈ ਵਾਰੀ ਗਰਮੈਸ਼ ਗਰਮੂਸ਼ ਹੁੰਦੀ ਹੈਗੀ, ਹੈ, ਜਾਂ ਕੋਈ ਅੰਡਾ ਉਂਡਾ ਨਹੀਂ ਬਣਦਾ ਹੁੰਦਾ, ਫਿਰ ਉਹ ਸਾਰਾ ਸੈੱਟ ਹੋ ਜਾਂਦਾ। ਮਾੜੀ ਮੋਟੀ ਐ ਦਵਾਈ ਦੀ ਕਈ ਵਾਰੀ ਘਾਟ ਵਾਧ ਹੁੰਦੀ ਆ, ਆਪਾਂ ਤਾਂ ਜਮੀ ਨਹੀਂ ਗੌਰ ਕੀਤੀ। ਨਾਲੇ ਅੱਜ ਕੱਲ ਤਾਂ ਇਹ ਪ੍ਰੋਬਲਮ ਨਾਰਮਲ ਹੋ ਗਈ ਸਾਰਿਆਂ ਨੂੰ, ਬਾਹਲੀ ਹੋ ਗਈ। ਅੱਜ ਕੱਲ ਦਾ ਤੂੰ ਐ ਲਾ ਲਾ ਬਈ 10 ਚੋਂ 2 3 ਦੀ ਬੱਚਾ ਠਹਿਰਦਾ ਬਿਨਾਂ ਦਵਾਈਆਂ ਤੋਂ, ਊ ਤਾਂ ਮੁਸ਼ਕਲ ਹੀ ਹੈਗਾ। ਚਲੋ ਕੋਈ ਨਹੀਂ, ਆਪਾਂ ਦੇਖਦੇ ਹਾਂ। ਹੋਰ ਮਾੜਾ ਹੋਰ ਆਥਣੇ ਬਹਿਨੀ ਹੁੰਦੀ ਆ ਉਹ, ਬਾਕੀ ਫੋਨ ਹੈਗਾ ਮੇਰੇ ਕੋਲ, ਮੈਂ ਫੋਨ ਕਰਕੇ ਪੁੱਛ ਲਵਾਂ। ਫੋਨ ਤੇ ਪੁੱਛ ਲੈਣਾ, ਅਪਾਇੰਟਮੈਂਟ ਲੈ ਲਾਂਗੇ ਜੇ ਫ੍ਰੀ ਹੋਈ ਤਾਂ। ਅਪਾਇੰਟਮੈਂਟ ਨੂੰ ਤਾਂ ਕੀ, ਇਹ ਕਿਹੜਾ ਕੋਈ ਵੱਡਾ ਲੁਧਿਆਣਾ ਸ਼ਹਿਰ ਆ ਅਪਾਇੰਟਮੈਂਟ ਨੂੰ, ਉਹ ਤਾਂ ਬਸ ਘਰ ਹੀ ਹੁੰਦੀ ਹੈਗੀ, ਕੋਈ ਚੱਕਰ ਨਹੀਂ ਮਿਲ ਜੂਗੀ ਆਪਾਂ ਨੂੰ। ਮੈਂ ਪੁੱਛ ਲਾਂਗੇ ਕਈ ਵਾਰੀ, ਆ ਗਵਾਂਢੀਆਂ ਕੋਲੇ ਨੰਬਰ ਹੈਗਾ, ਉਹ ਦਵਾਈ ਦਵੂਈ ਜੀ ਲਿਆਉਂਦੇ ਹੁੰਦੇ ਨੇ, ਆਹ ਆਪਣੇ ਮੁਖਤਿਆਰ ਕੇ, ਮੁਖਤਿਆਰ ਦੀ ਬਹੂ ਦਵਾਈ ਲਿਆਉਂਦੀ ਹੁੰਦੀ ਸੀ, ਅਤੇ ਆਪਾਂ ਪੁੱਛ ਲਾਂਗੇ ਕੋਈ ਨਾ, ਕਈ ਵਾਰੀ ਕਿਤੇ ਗਈ ਗਈ ਹੋਵੇ ਫਿਰ ਆਪਾਂ ਜਾ ਆਵਾਂਗੇ। ਐਂ ਵੀ ਮਾੜੀ ਮੋਟੀ ਦਵਾਈ ਬੂਟੀ ਨਹੀਂ ਕੰਮ ਸਰ ਜਾਂਦਾ ਵਧੀਆ, ਨਾ ਕੋਈ ਨਹੀਂ, ਮਾੜਾ ਮੋਟਾ ਕਈ ਵਾਰੀ ਨੁਕਸ ਹੁੰਦਾ ਨਿਕਲ ਜਾਂਦਾ ਅਗਲੀਆਂ ਦੱਸ ਦਿੰਦੀਆਂ। ਹੁਣ ਆਪਣੀ ਘੋਲ ਨੂੰ 6 ਮਹੀਨੇ ਲੰਘੇ, ਕਿੰਨਾ ਟਾਈਮ ਵਿਆਹ ਨਾ ਹੋ ਗਿਆ, ਹੁਣ ਆਂਢੀ ਗਵਾਂਢੀ ਵੀ ਕਈ ਵਾਰੀ ਅਗਲਾ ਮੂੰਹ ਤੇ ਚੱਲ ਨਹੀਂ ਕਹਿੰਦਾ, ਪਿੱਠ ਪਿੱਛੇ ਤਾਂ ਗੱਲਾਂ ਕਰਦੀ ਹੁਣੇ ਵੀ ਪਤਾ ਨਹੀਂ ਕੀ ਗੱਲ ਆ, ਹੈ ਨਾ, ਪਤਾ ਨਹੀਂ ਇਹਦੇ 'ਚ ਨੁਕਸ ਆ, ਪਤਾ ਨਹੀਂ ਘਰ ਆਈ 'ਚ ਨੁਕਸ। ਆਪਾਂ ਕਿਹਨੂੰ 100 ਗੱਲਾਂ ਕਿਉਂ ਬਣਾਉਂਦੇ ਗਾਹਾਂ ਸਿਆਲ ਆਉਂਦਾ, ਹੈ ਐਤਕੀ ਸਿਆਲ ਤਾਂ ਲੰਘ ਗਿਆ, ਅਗਲੇ ਸਾਲ ਨੂੰ ਲੋਹੜੀ ਆ ਜੀ, ਹੈ ਘਰੇ। ਨਾ ਕੋਈ ਨਹੀਂ, ਜਾ ਆਵਾਂਗੇ ਫਿਰ, ਜਾਣਾ ਹੀ ਹੈ, ਜਿਹੜਾ ਕੰਮ ਕਰਨਾ ਉਹ ਤਾਂ ਕਰਨਾ ਹੀ ਕਰਨਾ, ਇਹਨਾਂ ਦਾ ਕੀ ਹੈ, ਤਾਂ ਛੜੇ ਮਲੰਗ ਹੈਗੇ ਆ। ਨਾਲੇ ਤੂੰ ਐਂ ਦੇਖੀ ਤੇ ਆਪਾਂ ਲਹਿਰੇ ਜਾ ਆਉਣਾ, ਇਹ ਤੇਰਾ ਕੰਮ ਦਿਖਾਉਣਾ, ਨਾਲੇ ਸੌਦਾ ਪੱਤਾ ਘਰ ਦਾ ਕਿੰਨਾ ਟਾਈਮ ਹੋ ਗਿਆ ਲਿਆਉਂਦੇ ਨੂੰ, ਸਰਫ, ਹੈ, ਨੂਣ, ਮਿਰਚਾਂ, ਜਮਾ ਹੀ ਨੂਣ ਦੀ ਤਾਂ ਉਹ ਪਈ। ਤੂੰ ਐਂ ਕਰ, ਸਾਰਾ ਸਮਾਨ ਦੇਖ ਲਾ ਉੱਥੇ ਆਪਣੇ ਸਟੋਰ 'ਚ, ਲਿਖਣਾ ਕੀ ਯਾਰ, ਰਸੋਈ ਦਾ ਕੰਮ ਐਹੀ ਕਰਦੀ ਆ, ਮੈਨੂੰ ਪਤਾ ਵੀ ਕੀ ਮੁੱਕੇ, ਮੈਂ ਨਾਲ ਲੈ ਜਿਓ ਨਾ, ਮੈਂ ਉੱਥੋਂ ਲੈ ਲੂੰਗੀ ਜਿਹੜਾ ਲੈ ਤਾਂ ਲਵੇਂ। ਕਈ ਵਾਰੀ ਕੋਈ ਚੀਜ਼ ਭੁੱਲੇ ਨਾ, ਤੂੰ ਮੜੀ ਲਿਸਟ ਬਣਾ ਲਈ ਪਰਚੀ ਤੇ, ਹੈ, ਲੈ ਆਵਾਂਗੇ ਉੱਥੋਂ ਥੋਕ ਵਾਲਿਆਂ ਨੂੰ, ਫਿਰ ਜੇ ਟਾਈਮ ਤੇ ਯਾਦ ਆ ਗਈ ਫਿਰ।
ਉਹ ਜਿੰਨੀਆਂ ਕੁ ਲਿਖ ਲਈਆਂ ਠੀਕ ਆ, ਬਾਕੀ ਟਾਈਮ 'ਤੇ ਯਾਦ ਆ ਗਈ ਉਹ ਲੈ ਲਈ ਤੂੰ ਲਿਖ ਲਾ ਕੇ ਰਾਂ, ਲਿਖੀ ਚੀਜ਼ ਵਧੀਆ ਰਹਿੰਦੀ ਆ। ਮੈਨੂੰ ਤਾਂ ਲਿਖ ਕੇ ਲੈ ਜਾਂਦਾ ਉਹਨਾਂ ਸਾਰੀਆਂ ਲਹਿਰੇ ਜਦੋਂ ਜਾਂਦਾ। ਫਿਰ ਤੁਸੀਂ ਜਾਣਾ ਹੁੰਦਾ ਨਾ, ਮੈਨੂੰ ਤਾਂ ਪਤਾ ਤੁਸੀਂ ਕਿਹੜਾ ਰਸੋਈ 'ਚ ਕੰਮ ਕਰਦੇ, ਮੈਨੂੰ ਤਾਂ ਪਤਾ ਰਸੋਈ 'ਚ ਕੀ ਤੂੰ ਐਂ ਕਹਿੰਦੇ ਵੀ ਤੇਰੀ ਮੈਂ ਮੰਨਣੀ ਨਹੀਂ, ਹੈ ਕਹਦੇ ਬਸ ਐਂ ਲਾ ਲਓ ਮੰਨਣੀ ਨਹੀਂ, ਕਿਹੜਾ ਲਿਖੂਗਾ ਇੰਨਾ ਪਰਚਾ ਬਣਾਊਗਾ, ਮੈਨੂੰ ਪਤਾ ਕੀ ਖਤਮ ਹੋਇਆ ਹੋਇਆ। ਜਿਹੜਾ ਪਤੀ ਆ ਨਾ ਪਰਮੇਸ਼ਰ ਹੁੰਦਾ, ਉਹ ਰੱਬ ਹੁੰਦਾ, ਔਰਤ ਵਾਸਤੇ ਇੱਜ਼ਤ ਕਰੀਦੀ ਹੁੰਦੀ ਆ। ਉਹ ਜ਼ਮਾਨਾ ਗਿਆ ਜਦੋਂ ਪਤੀ ਨੂੰ ਪਰਮੇਸ਼ਰ ਮੰਨਦੀਆਂ ਸੀਗੀਆਂ। ਤਾਂ ਹੀ ਤਾਂ ਹੁਣ ਤਲਾਕ ਹੁੰਦੇ ਨੇ ਫਿਰ। ਪਹਿਲਾਂ ਤਾਂ ਜਿਹੜੇ ਘਰ 'ਚ ਔਰਤ ਦੀ ਡੋਲੀ ਆ ਜਾਂਦੀ ਸੀ ਉੱਥੇ ਉਹਦੀ ਅਰਥੀ ਉੱਠਦੀ ਹੁੰਦੀ ਹੈ ਨਾ। ਫਿਰ ਐਂ ਕਿਉਂ ਨਹੀਂ ਕਹਿੰਦੇ ਵੀ ਜਿੱਥੇ ਬੰਦਾ ਵਿਆਹਿਆ ਗਿਆ ਉੱਥੇ ਹੀ ਉਹਦੀ ਅਰਥੀ ਉੱਠੂਗੀ? ਜਨਾਨੀਆਂ ਨੂੰ ਮੂਹਰੇ ਕਰ ਲੈਂਦੇ ਹੋ ਹਰ ਵਾਰ 'ਚ, ਇੱਜ਼ਤ ਕਰ। ਹੁਣ ਮੈਂ ਤੇਰੀ ਕਿੰਨੀ ਇੱਜ਼ਤ ਕਰਦਾ ਦੇਖ, ਤੈਨੂੰ ਕੋਈ ਉੱਚਾ ਬੋਲ ਬੋਲ ਦਾਂਗਾ, ਤੂੰ ਜਦੋਂ ਦੇਖ ਭੱਜ ਕੇ ਪੈ ਜਾਂਦੀ ਸੂਈ ਕੁੱਤੀਆਂ ਨੂੰ। ਹੈ ਆਹ ਇੱਜ਼ਤ, ਆਹ ਬੜੀ ਵਧੀਆ ਇੱਜ਼ਤ ਕਰੀ ਹੈ। ਹੈ ਉਹ ਇੱਜ਼ਤ ਹੀ ਕਰਦਾ, ਸਾਰਾ ਕੰਮ ਕਾਰ ਤੇਰੇ ਨਾਲ ਕਰਾਉਣਾ ਹੈ, ਸੰਨੀ ਮੈਰ ਲਾਉਣਾ। ਤੁਹਾਡੇ ਦੋ ਜਾਨਵਰ ਸਾਂਭਦੀ ਆ ਮੈਂ, ਜਿੰਨਾ ਤੁਹਾਡੇ ਹਿੱਸੇ ਜ਼ਮੀਨ ਹੈਗੀ ਆ ਨਾ, ਮੈਂ ਉਹ ਚ ਖੁਸ਼ ਆ, ਬਥੇਰੀ ਆ, ਮੁੱਕਦੀ ਨੀ ਇਹਨਾਂ ਦੇ ਕੰਜਰ ਕਲੇਸ਼ ਨਾਲੋਂ ਤਾਂ। ਕੋਈ ਨਾ ਪਤਾ ਲੱਗੂ ਜਦੋਂ ਵੰਡ ਗਈ ਨਾ, ਹਜੇ ਤਾਂ ਤੈਨੂੰ 7 ਕਿੱਲਿਆਂ ਦਾ ਆਉਂਦਾ ਜ਼ਮੀਨ ਤੋਂ ਆਉਂਦਾ ਨਾ। ਫੇਰ ਆ ਜਿਹੜੇ ਸੂਟ ਪਾਉਣੀ ਆ ਨਾ 4-4 ਹਜ਼ਾਰ ਦੇ, ਜਦੋਂ 500 ਵਾਲਾ ਪਾਉਣਾ ਪਿਆ ਕਿਤੇ ਹੋਰ ਗੁਆਂਢ 'ਚ ਜਾ ਕੇ ਕਿਸੇ ਦਾ ਦੇਖਿਆ 4 ਹਜ਼ਾਰ ਵਾਲਾ, ਫਿਰ ਤੈਨੂੰ ਪਤਾ ਲੱਗੂਗਾ ਕੋਈ ਨਹੀਂ ਹੈਗਾ ਮੇਰਾ ਪਿਓ, ਕੀ ਮੁੱਲ ਆ ਹੈਗਾ ਮੇਰਾ ਪਿਓ, ਉਹਦੇ ਕੋਲ ਚਲ ਜੂਗੀ ਜਦੀ ਲੈ ਜੂਗਾ ਆ ਕੇ। ਹਾਂ ਉਹ ਤਾਂ ਹੈਗੀ ਆ ਫਿਰ। ਚਲੋ ਆਪਾਂ ਕਾਹਨੂੰ ਵੈਸੇ ਹੀ ਜਾਂਦੇ ਹਾਂ, ਉਹਦੇ ਕੋਲ ਜਾ ਆਵਾਂਗੇ। ਚਲੋ ਮੈਂ ਤਾਂ ਤੈਨੂੰ ਕਮਲੀ ਇਹ ਸਮਝਾਉਣਾ ਗਾ, ਹੁਣ ਅਸੀਂ ਪਿੰਡ 'ਚ ਰਹਿੰਦੇ ਹਾਂ, ਇਹ ਸਾਰਾ ਬਾਹਰ ਅੰਦਰ ਦੀ ਦੁਨੀਆ ਦੇਖਦੇ ਹਾਂ, ਜਿਹੜੀਆਂ ਔਰਤਾਂ ਨੇ ਉਹ ਘਰੇ ਰਹਿੰਦੀਆਂ, ਉਹਨੂੰ ਬਾਹਰ ਅੰਦਰ ਦਾ ਪਤਾ ਨਹੀਂ ਹੁੰਦਾ ਵੀ ਕਿੰਨਾ ਕਾਲਯੁਗ ਦਾ ਜ਼ਮਾਨਾ ਬਾਹਰੇ ਕੀ ਚੱਲਦਾ, ਕਿਵੇਂ ਜ਼ਮਾਨੇ 'ਚ ਚੱਲਣਾ ਪੈਂਦਾ, ਬੰਦਿਆਂ ਨੂੰ ਸਾਰਾ ਪਤਾ ਹੀ ਹੁੰਦਾ। ਹੁਣ ਤੂੰ ਤਾਂ ਘਰੇ ਬੈਠੀ, ਤੈਨੂੰ ਕੀ ਪਤਾ ਬਾਹਰੇ ਕੀ ਚੱਲਦਾ। ਜਿਹੜੀਆਂ ਪਿੰਡਾਂ ਦੀਆਂ ਨੇ ਨਾ, ਉਹਨਾਂ ਨੂੰ ਨਹੀਂ ਪਤਾ ਹੁੰਦਾ, ਮੈਂ ਸ਼ਹਿਰ 'ਚੋਂ ਆਈ ਹੋਈ, ਮੈਨੂੰ ਸਾਰਾ ਕੁਝ ਪਤਾ। ਉਹ ਸ਼ਹਿਰਾਂ ਦੇ ਪਿੰਡਾਂ ਦੇ ਸੱਭਿਆਚਾਰ 'ਚ ਬਹੁਤ ਫਰਕ ਆ, ਫਿਰ ਤੂੰ ਐਂ ਕਰ, ਇੱਥੇ ਅੱਧਾ ਕੱਛਾ ਜਿਹਾ ਪਾ ਕੇ ਬੀਹੀ 'ਚ ਜਾ ਕੇ ਦੇਖੀ ਨਾ, ਦੇਖੀ ਗੱਲਾਂ ਮੰਨਦੀ, ਇੱਥੇ ਥੋੜ੍ਹੀ ਪਾਉਂਗੀ, ਉੱਥੇ ਸ਼ਹਿਰ 'ਚ ਬਥੇਰਾ ਪਾ ਲੈਂਦੀ ਆਪਦੇ। ਉਹ ਫਿਰ ਗੱਲਾਂ ਬਾਤਾਂ ਦਾ ਵੀ ਐਂ ਫਰਕ ਹੁੰਦਾ, ਕਬੀਲਦਾਰੀ ਦਾ ਸ਼ਹਿਰ ਤੇ ਪਿੰਡ ਵਾਲੀਆਂ 'ਚ ਸਾਰਾ ਕੁਛ ਹੀ ਵੱਖਰਾ ਹੁੰਦਾ ਗਾ। ਉੱਥੇ ਤਾਂ ਰੋਜ਼ ਅਗਲਾ ਮੁੱਲ ਦੀ ਸਬਜ਼ੀ ਖਾਂਦਾ, ਇੱਥੇ ਆਪਾਂ ਘਰ ਦੀ ਲਾਉਣੇ ਇਹ, ਉੱਥੇ ਤਾਂ ਅਗਲਾ ਫਿਲਮ ਦੇਖਣ ਜਾਂਦਾ, ਇੱਥੇ ਕਦੇ ਗਈ ਆ ਤੂੰ ਸਿਨੇਮੇ 'ਚ? ਹੋਰ ਵੀ ਬਥੇਰੇ ਫਰਕ ਹੁੰਦੇ ਨੇ ਸ਼ਹਿਰਾਂ ਤੇ ਪਿੰਡਾਂ ਦੇ। ਮੇਰੀ ਇਹ ਜੀ ਕਿਸਮਤ ਕਿੱਥੇ ਆ ਸਿਆਲ, ਹੁਣ ਤੇਰੀ ਹੈਲਪ ਕਰਾਉਣਾ ਫਿਰ ਮੈਂ, ਸੰਨੀ ਕਰ ਦਿੰਦਾ ਕਿ ਤੂੰ ਕਰੇਂਗੀ? ਕਰਿਆ ਤੁਸੀਂ, ਮੈਂ ਫਿਰ ਰੋਟੀ ਬਣਾ ਦੂੰਗੀ, ਮੇਰਾ ਕੰਮ ਕਰਨ ਵਾਲਾ ਪਿਆ। ਵਿਹਲੀ ਰਹਿ ਲਿਆ ਕਰ, ਹੋਰ ਨਾ ਕੁਝ ਕਰਿਆ ਕਰ। ਆਹੋ ਸਾਰੀ ਜਿਹੜੀ ਮੈਂ ਹੀ ਕਰਦੀ ਆ, ਵਿਹਲੀ ਰਹਿ ਲਿਆ ਕਰ। ਕੋਈ ਨਾ, ਤੂੰ ਕਿਹੜਾ ਘਸਦੀ ਆ, ਤੇ ਤੁਸੀਂ ਕਿਹੜਾ ਘਸ ਜਾਓਗੇ ਫਿਰ? ਸਾਰਾ ਦਿਨ ਸਿਆਪਾ ਹੀ ਨਹੀਂ ਮੁੱਕਦਾ ਇਹਨਾਂ ਦਾ। ਆਹ ਇੱਟਾਂ ਕਦੋਂ ਦੀਆਂ ਕਿਹਾ, ਰੋੜੇ ਕਿੰਨੇ ਬੁਰੇ ਲੱਗਦੇ, ਇੱਥੇ ਮੂਹਰੇ ਪਏ। ਮੈਂ ਹੀ ਕਰਦੀ ਹਾਂ, ਚੱਕ ਕੇ ਬਾਗਲ 'ਤੇ ਸੁੱਟ ਕੇ ਆਉਂਦੀ ਹਾਂ ਇਹਨਾਂ ਨੂੰ। ਵਾਹ ਉਹ ਕੀ ਕਰੀ ਜਾਂਦੀ ਆ ਭਾਬੀ ਤੂੰ? ਹੈਂ ਮੈਂ? ਹਾਂ ਕੁਛ ਨਹੀਂ, ਆ ਦੇਖ ਮੈਂ ਤਾਂ ਰੋਟੀ ਖਾਈ ਜਾਂਦੀ ਆ ਬੈਠੀ। ਓਹੋ, ਪੂਰੇ ਰੋਟੀ ਖਾਵੇਂਗੀ ਬੈਠ ਕੇ ਤੂੰ? ਫਿਰ ਤੈਨੂੰ ਦੀਦਾ ਨਹੀਂ, ਜਿਹੜੇ ਡੇਲੇ ਦਿੱਤੇ ਤੇ ਰੱਬ ਨੇ, ਤੂੰ ਦੇਖ ਲਾ ਭਾਂਟੇ ਵਰਗੇ ਜਿਹੜੇ ਡੇਲੇ 'ਚ ਐਂ ਕਰਦਾ, ਸਾਰੇ ਜਿਹੜੇ ਫਿਰੀ ਜਾਂਦੇ ਦੇਖ ਵੀ ਲਿਆ ਕਰ, ਮੈਂ ਕੀ ਕਰਦੀ ਆਂ? ਮੈਨੂੰ ਐਂ ਤਾਂ ਦੱਸ ਦੇ ਵੀ ਤੇਰਾ ਕੀ ਮਾੜਾ ਕਰਦਾ, ਤੂੰ ਸਾਰਾ ਦਿਨ ਪੜ ਕੀ ਰਹਿੰਦੀ ਮੇਰੇ ਤੇ? ਅੱਛਾ, ਮੈਂ ਤੈਨੂੰ ਕਿੰਨਾ ਪਿਆਰ ਕਰਦਾ, ਭਾਬੀ ਤੌਰ ਤੇ ਤੂੰ ਗਲਤ ਨਾ ਸਮਝੀ। ਤੂੰ ਐਂ ਦੱਸ, ਤੂੰ ਮੇਰਾ ਚੰਗਾ ਵੀ ਕੀ ਕਰਿਆ ਦੱਸ, ਇੱਕ ਚੀਜ਼ ਦੱਸ ਦੇ ਵੀ ਤੂੰ ਮੇਰੀ ਉਹ ਚੀਜ਼। ਮੈਂ ਤੇਰਾ ਮਾੜਾ ਕੀ ਕਰਿਆ? ਤੂੰ ਚੰਗਾ ਕੀ ਕਰਿਆ? ਮੈਂ ਤੇਰੇ ਕੰਮ ਆਇਆ ਨਾ, ਜਿਹੜਾ ਕੰਮ ਭੇਜਦੀ ਹੈ, ਮੈਂ ਕਦੇ ਤੰਗ ਨਹੀਂ ਕਰਿਆ ਤੈਨੂੰ, ਆਪਣੇ ਵਾਲੇ ਚੌਰੇ ਵਾਂਗੂ।
ਹੁਣ ਤੂੰ ਦੱਸ ਕੋ ਕੰਮ ਆਇਆ ਮੇਰੇ ਕੋਲੇ ਕੰਮ ਕੋਈ ਕੰਮ ਤਾਂ ਮੈਂ ਤੈਨੂੰ ਦੇਖਦੇ ਦੇਖਦੇ ਪਤਾ ਨਹੀਂ ਇੱਟਾਂ ਜਿਹਾ ਹੱਥ ਮਾਰੀ ਜਾਂਦੀ ਹੈ ਮੈਂ ਕੁਛ ਲੜਵਾ ਨਾ ਲਵੇ ਮੇਰੀ ਭਾਬੀ ਅੱਛਾ ਲੜਵਾ ਨਾ ਲਵੇ ਫਿਰ ਇੱਟਾਂ ਚਕਾ ਦੇ ਮੇਰੇ ਨਾਲ ਫਿਰ ਹਾਂ ਚਕਾ ਦੂੰਗਾ ਮੈਂ ਤਾਂ ਇੱਕ ਤੇਰੇ ਨਾਲ ਗੱਲ ਕਰਨੀ ਭਾਬੀ ਹਾਂ ਦੱਸ ਚੱਜ ਦੀ ਗੱਲ ਕਰੀ ਬਕਵਾਸ ਨਾ ਕਰੀ ਕੋਈ ਦੱਸ ਕਦੋਂ ਚੱਜ ਦੀ ਗੱਲ ਕਰੀ ਤੁਸੀਂ ਕੱਲ ਬਾਈ ਤੇ ਤੂੰ ਕੀ ਗੱਲਾਂ ਕਰਦੇ ਤੇ ਕਦੋਂ ਉੱਥੇ ਮੰਜੇ ਤੇ ਬੈਠੇ ਅੱਛਾ ਉਹ ਤਾਂ ਅਸੀਂ ਆਪਣੀ ਕਬੀਲਦਾਰੀਆਂ ਦੀ ਗੱਲਾਂ ਕਰਦੇ ਆ ਮੈਂ ਨਹੀਂ ਕਹਿਣ ਲੱਗਾ ਖੋਖਰ ਵਾਲੀ ਤੇ ਜਾਣਾ ਖੋਖਰ ਵਾਲੀ ਕੌਣ ਹੈ ਉਹ ਕੌਣ ਬੱਚੇ ਦਿੰਦੀ ਹੈ ਉਹ ਨਾ ਨਾ ਉਹ ਉਹ ਤਾਂ ਅਸੀਂ ਆਪਦੀ ਗੱਲ ਕਹੋ ਤਾਂ ਡਾਕਟਰ ਆ ਉਹ ਤਾਂ ਉਹ ਬਿਮਾਰ ਆ ਤੇਰਾ ਵੀਰਾ ਉਹ ਤਾਂ ਦਵਾਈ ਦਵਾ ਕੇ ਲਿਆਉਣੀ ਨਹੀਂ ਤੁਸੀਂ ਐਂ ਵੀ ਸੁਣਿਆ ਕਹਿੰਦੇ ਬੱਚਾ ਉਹ ਹੋ ਜੂਗਾ ਖੋਖਰ ਵਾਲੀ ਤੇ ਦਵਾਈ ਲੈ ਕੇ ਵੀ ਕੋਈ ਬੱਚੇ ਦਿੰਦੀ ਹੈ ਮੈਨੂੰ ਵੀ ਲਿਆ ਦਿਓ ਕਿ ਮੈਂ ਖੇਡ ਲਿਆ ਕਰੂੰਗਾ ਬੇ ਨਹੀਂ ਵੇਟ ਹੈ ਜਾਣਾ ਤੂੰ ਗੱਲ ਪੂਰੀ ਸੁਣ ਲਿਆ ਕਰ ਜਾਂ ਸੁਣ ਲੈਣ ਨਾ ਉਹ ਤਾਂ ਐਂ ਕਹਿੰਦੇ ਸੁਣ ਜਵਾਕ ਆ ਕੋਈ ਬਿਮਾਰ ਆ ਬਾਲਾ ਤੇ ਤੇਰਾ ਵੀਰਾ ਕਹਿੰਦਾ ਸੀ ਵੀ ਉਹਨੂੰ ਦੇਖ ਆਵਾਂਗੇ ਉਹ ਕੋਈ ਜਾਣ ਦੀ ਜੂਣ ਦੀ ਹੋਣੀ ਆ ਤੇਰੇ ਵੀਰੇ ਨੂੰ ਕਹਿੰਦੇ ਚਲੋ ਉਹਦੇ ਜਵਾਕ ਨੂੰ ਦੇਖ ਆਵਾਂਗੇ ਬਿਮਾਰ ਬਾਲਾ ਹੋਇਆ ਪਿਆ ਅੱਛਾ ਹਾਂ ਮਾਂ ਕਹਤੇ ਬੱਚੇ ਲਿਆਉਂਗੇ ਬੱਚੇ ਫਿਰ ਤਾਂ ਇੱਕ ਦੋ ਨਾ ਤੂੰ ਮੈਨੂੰ ਐਂ ਦੇ ਲਈਓ ਇੱਕ ਦੋ ਮੈਂ ਖੇਡ ਲਿਆ ਕਰੂੰਗਾ ਉਹਨਾਂ ਨਾਲ ਹਾਏ ਨੂੰ ਕੀ ਸਮਝਾਵਾਂ ਪਾਗਲ ਨੂੰ ਐ ਨਾ ਤੂੰ ਗੱਲਾਂ ਕਿਉਂ ਸੁਣਦਾ ਹੁੰਦਾ ਤੂੰ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੂੰ ਗੱਲਾਂ ਸੁਣਦਾ ਉਹ ਤਾਂ ਮੈਂ ਅੰਦਰੋਂ ਆਉਂਦਾ ਸੀ ਮੈਂ ਸੁਣ ਲਿਆ ਮਹਾ ਪਤਾ ਨਹੀਂ ਕੀ ਗੱਲਾਂ ਕਰਨ ਲੱਗ ਰਹੇ ਨੇ ਅੱਛਾ ਤੈਨੂੰ ਐ ਪਤਾ ਮੈਂ ਲੋਕੇ ਗੱਲਾਂ ਸੁਣਨੀਆਂ ਨੇ ਹੈ ਹੋਰ ਮਾਂ ਚਲੋ ਆ ਬੱਚਾ ਲੈ ਕੱਲ ਨੂੰ ਜਾਣਗੇ ਲੈਣ ਮੈਂ ਕਹੂੰਗਾ ਵੀ ਇੱਕ ਹੋਰ ਲਿਆਈਆਂ ਵਾਧੂ ਕੋਈ ਨਹੀਂ ਤੇਰਾ ਵਿਆਹ ਹੋਊਗਾ ਨਾ ਫਿਰ ਤੇਰੇ ਆਪਦੇ ਹੀ ਨਿਆਣੇ ਹੋਣਗੇ ਉਹਨਾਂ ਨਾਲ ਹੀ ਖੇਡੀ ਜਾਈ ਹੈ ਹੋਰ ਕੀ ਉਹਨਾਂ ਨਾਲ ਹੀ ਖੇਡੀ ਜਾਈ ਫਿਰ ਕਮਲ ਨਾਲ ਹਾਏ ਵੇ ਕਮਲ ਨਾਲ ਨਹੀਂ ਹੁੰਦਾ ਤੇਰਾ ਵਿਆਹ ਨਾ ਭਾਬੀ ਮੇਰਾ ਤਾਂ ਕੰਮ ਨਾ ਕਰਾਈ ਹੁੰਦਾ ਨਹੀਂ ਉਹ ਤਾਂ ਬਈ ਉਹ ਬਹੁਤ ਟੀਸੀ ਵਾਲਾ ਬੇਰ ਹੈ ਟੀਸੀ ਵਾਲਾ ਬੇਰ ਆ ਮੇਰੀ ਚੋੜੀ ਚ ਪਾ ਦੇ ਤੋੜ ਕੇ ਤੇਰੇ ਸਾਰੇ ਆ ਤੇਰੇ ਸਾਰੇ ਭਾਬੀ ਤੇਰੀ ਭੈਣ ਹੈ ਨਾ ਮੇਰੇ ਪਿਓ ਦੀ ਤਾਂ ਉਦੋਂ ਬੇਇੱਜ਼ਤੀ ਕਰਵਾਤੀ ਹਲੇ ਤੇਰੇ ਨਾਲ ਵਿਆਹ ਮੈਂ ਥੋੜੀ ਕਰਵਾਈ ਆ ਮੈਂ ਤੈਨੂੰ ਪਤਾ ਮੈਂ ਦਾਰੂ ਪੀਣਾ ਉਹਦਾ ਆਪਣੇ ਚੌਰੇ ਨੇ ਛੜੇ ਨੇ ਕਰਵਾਈਏ ਪੁੱਠੇ ਸਿੱਧੇ ਗੱਲ ਕਰੀਆਂ ਜਾਂਦਾ ਫਿਰ ਤੂੰ ਆਪਣੀ ਹਰਕਤਾਂ ਸੁਧਾਰ ਲੈ ਨਾ ਤੈਨੂੰ ਅਕਲ ਤਾਂ ਹੈ ਨਹੀਂ ਬੋਲਾ ਤੂੰ ਬੋਲਾ ਬੋਲੇ ਨਾਲ ਕੌਣ ਕੁੜੀ ਦਾ ਵਿਆਹ ਕਰਾਊਗਾ ਤੂੰ ਦੱਸ ਕਾਹਨੂੰ ਆ ਬੋਲਾ ਭਾਬੀ ਦੇਖੀ ਮੈਂ ਬੋਲਾ ਮੈਂ ਸਾਰੇ ਕੰਮ ਕਰਦਾ ਨਾ ਬਸ ਇੱਕ ਇੰਨਾ ਕਿ ਵੀ ਬਲ ਜੀ ਐਂ ਜੀ ਹੋ ਜਾਂਦਾ ਹੋਰ ਕੀ ਹੈ ਫਿਰ ਤੈਨੂੰ ਘਰ ਵਾਲੀ ਵੀ ਨਾ ਐਂ ਵਾਲੀ ਲਿਆਉਣੀ ਪੈਣੀ ਜਿਹੜੀ ਐਂ ਤੁਰੇ ਫਿਰ ਐਂ ਸਾਡੀ ਸੈਟਿੰਗ ਨਹੀਂ ਬੈਠਣੀ ਐਂ ਨਹੀਂ ਬਹਿਣੀ ਫਿਰ ਐਂ ਬਹਿ ਜੂਗੀ ਇੱਧਰ ਨੂੰ ਤੋਰ ਲਾਂਗੇ ਫਿਰ ਮਨ ਕਰੇ ਮੈਂ ਐਂ ਕਰ ਲਿਆ ਕਰੂੰਗਾ ਉਹ ਇੱਧਰ ਐਂ ਕਰ ਲਿਆ ਕਰੂਗੀ ਬਸ ਗੱਲ ਖਤਮ ਐ ਇਹ ਜੀ ਲਿਆਵਾਂਗੇ ਫਿਰ ਐਂ ਕਰਦੇ ਨਹੀਂ ਤਾਂ ਐਂ ਤੇਰੇ ਨਾਲ ਸੋਹਣੀ ਲੱਗਣੀ ਹੈਗੀ ਕਮਲ ਉਹਨੂੰ ਵੀ ਐਂ ਸਿਖਾਉਂਦਿਆਂ ਕਰਨਾ ਫਿਰ ਉਧਰ ਤੂੰ ਐਂ ਕਰਕੇ ਐਂ ਕਰੀ ਉਧਰ ਉਹ ਐਂ ਕਰਕੇ ਐਂ ਹਾਂ ਉਹਨੂੰ ਐਂ ਕਹਿਦੀ ਵੀ ਠੇਲਾ ਤੈਨੂੰ ਬਹੁਤ ਪਿਆਰ ਕਰਦਾ ਕਰੇ ਵੀ ਐਂ 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 ਤੁਰਿਆ ਕਰ ਮਾੜੇ ਤੁਰ ਕੇ ਦਿਖਾ ਵੀ ਕਿਵੇਂ ਤੁਰਨਾ ਉਹਨੇ ਆ ਦਿਖਾ ਐਂ ਐਂ ਚਾਲ ਤੇਰੀ ਬਹੁਤ ਘੈਂਟ ਆ ਬਾਕੀ ਗੱਲਾਂ ਦੀ ਗੱਲਾਂ ਹਾਂ ਹਾਂ ਉਹਨੂੰ ਮੈਂ ਕਹੂੰਗੀ ਵੀ ਤੂੰ ਵੀ ਐਂ ਤੁਰਿਆ ਕਰ ਤਾਂ ਹੀ ਤਾਂ ਤੈਨੂੰ ਮੈਂ ਕਹਿਣਾ ਨਾ ਕੋਈ ਨਹੀਂ ਮੈਂ ਗੱਲ ਕਰੂੰਗੀ ਚੱਲ ਐਂ ਕਰ ਇਹ ਤਾਂ ਮੈਂ ਚੱਕ ਦੂੰ ਆਪੇ ਇਹਨੂੰ ਧਰ ਦੇ ਉਰੀ ਚੱਕ ਦੇਗੇ ਸਾਰੀਆਂ ਤੂੰ ਮੈਨੂੰ ਚਾਹ ਬਣਾ ਕੇ ਦੇ ਹਾਂ ਮੈਂ ਤੈਨੂੰ ਚਾਹ ਬਣਾ ਕੇ ਦੇਣੀ ਆ ਕਿੰਨਾ ਸਿਆਣਾ ਫਿਰ ਐ ਕਿੰਨਾ ਸਿਆਣਾ ਕੰਮ ਕਰਦਾ ਨਾ ਕਿੰਨਾ ਸਿਆਣਾ ਜੇ ਤੈਨੂੰ ਕੋਈ ਗੱਲ ਕਹਿਦਾ ਤਾਂ ਬੋਲਾਂ ਉਹ ਬੋਲਿਆ ਤੂੰ ਵੀ ਸਾਡਾ ਹੀ ਬੋਲਾਂ ਕਿਹੜਾ ਕਿਸੇ ਦਾ ਮੈਨੂੰ ਵੀ ਪਤਾ ਤੂੰ ਬਹੁਤ ਸਿਆਣਾ ਮੁੰਡਾ ਮੈਂ ਤੈਨੂੰ ਤਾਂ ਹੀ ਸਮਝਾਉਣੀ ਹੁੰਦੀ ਆ ਤੂੰ ਗੁੱਸਾ ਨਾ ਕਰਿਆ ਕਰ ਮੇਰੀ ਗੱਲ ਦਾ ਤੇਰੇ ਚੰਗੇ ਵਾਸਤੇ ਸਮਝਾਉਂਦੇ ਵੀ ਕੱਲ ਨੂੰ ਤੇਰੀ ਵੀ ਬਹੂ ਆਊਗੀ ਤੇਰਾ ਵੀ ਆਪਾਂ ਵਿਆਹ ਕਰਨਾ ਫਿਰ ਵੀ ਉਹਦੇ ਮਗਰ ਨਾ ਲੱਗਿਆ ਕਰ ਠੱਠੇ ਦੇ ਉਹਦੇ ਕਦੋਂ ਮਗਰ ਲੱਗਦਾ ਉਹ ਤਾਂ ਮੇਰਾ ਵੀ ਕੰਮ ਖਰਾਬ ਕਰੀ ਜਾਂਦਾ ਉਹੀ ਤਾਂ ਗੱਲ ਆ ਉਹ ਤਾਂ ਤੇਰਾ ਵੀ ਕੰਮ ਖਰਾਬ ਕਰੂਗਾ ਚੱਲ ਹੁਣ ਤੂੰ ਚੱਕ ਦੇ ਮੈਂ ਤੇਰੇ ਵਾਸਤੇ ਚਾਹ ਬਣਾ ਦੇ ਸਾਰੀਆਂ ਚੱਕ ਦੇਗਾ ਸਾਰੀਆਂ ਚੱਕ ਦੂੰ ਫਿਰ ਐ ਕਰੀ ਫਿਰ ਜੇ ਚੱਕ ਕੇ ਹਟ ਜਾਏਗਾ ਤੇ ਝਾੜੂ ਮਲਾ ਦੀ ਮਾੜੀ ਉੱਥੇ ਤੱਕ ਕੱਢ ਦੀ ਮੈਂ ਚੱਕ ਦੂੰਗੀ ਫਿਰ ਆਪ ਹੀ ਫਿਰ ਆਪਣਾ ਕਦੋਂ ਜਾਵੇਂ ਕੰਮ ਲਵੇ ਉਹਨੂੰ ਲੈਣ ਕਮਲ ਲਵੇ ਐ ਕਰਮੀ ਦੋ ਤਿੰਨ ਦਿਨ ਦਾ ਦਿਨ ਦੇ ਫਿਰ ਮੈਂ ਉਹਨਾਂ ਪਹਿਲਾਂ ਗੱਲ ਕਰੂੰਗੀ ਫਿਰ ਜਾ ਕੇ ਆਉਂਗੀ ਫਿਰ ਜੇ ਆ ਕੰਮ ਕਰੇਗਾ ਤਾਂ ਨਹੀਂ ਨੀ ਫਿਰ ਕੋਈ ਸਾਰਾ ਕਰ ਦੂੰ ਜੇ ਸਾਰਾ ਕਰ ਦੇਖ ਲੈ ਮੇਰੀ ਗੱਲ ਸੁ ਫਿਰ ਮੈਂ ਉਹਦੇ ਦਿਮਾਗ 'ਚ ਨਾ ਤੇਰਾ ਹੀ ਨਾਮ ਬਿਠਾ ਦੇਣਾ ਉਹ ਠੱਠੇ ਨੂੰ ਕੱਢ ਦਾਂਗੇ ਫਿਰ ਉਹ ਤੇਰਾ ਹੀ ਨਾਮ ਜਪਿਆ ਕਰੂ ਠੇਲਾ ਠੇਲਾ ਕਰੀ ਜਾ ਕਰੂ ਕਿੰਨੀ ਪਿਆਰੀ ਮੇਰੀ ਭਾਬੀ ਹਾਂ ਤੂੰ ਵੀ ਤਾਂ ਬੜਾ ਪਿਆਰਾ ਚੱਲ ਫਿਰ ਚੱਕਦੇ ਹਾਂ ਆ ਚੱਲੀਏ ਉਧਰ ਕਿੱਧਰ ਚੱਲਿਆ ਤੂੰ ਐ ਕਰਦਾ ਇੱਟਾ
ਇਧਰਲੀ ਸਾਈਡ ਰਿਹਾ ਕਰ ਮੇਰੇ ਲੈ ਵੀ ਸੁੱਖੀ ਚੱਲੀਏ ਇਹ ਪਤਾ ਨਹੀਂ ਤਿਆਰ ਹੋਈ ਆ ਪਤਾ ਨਹੀਂ ਨਾ ਸਕਿੰਨੀ ਲਾਉਂਦੀ ਰਹਿੰਦੀ ਹੈ ਵੀ ਦੱਸ ਗਾ ਹਾਂ ਇੱਥੇ ਚੰਡੀਗੜ੍ਹ ਆਉਣਾ ਲਹਿਰੇ ਜਾ ਕੇ ਆਉਣਾ ਗਾ ਹੋ ਗਈ ਤਿਆਰ ਹੋਏ ਹਾਂਜੀ ਹਾਂਜੀ ਹੋ ਗਈ ਤਿਆਰ ਆਹਾ ਓਏ ਆ ਆ ਕੀ ਲੱਛਣ ਕਰਦੀਆਂ ਲੱਛਣ ਕੀ ਆ ਮੈਂ ਹੀ ਪਾਉਂਦੀ ਹੁੰਦੀ ਸੀ ਪਹਿਲਾਂ ਵੀ ਫਿਰ ਚੰਡੀਗੜ੍ਹ ਨਹੀਂ ਜਾਣਾ ਇੱਥੇ ਲਹਿਰੇ ਗਾਗੇ ਜਾਣਾ ਗਾ ਜੇ ਕੋਈ ਪਿੰਡ ਦਾ ਮਿਲ ਗਿਆ ਅਗਲਾ ਦੇਖੋ ਵੀ ਆ ਕੀ ਜਲੂਸ ਕੱਢੀ ਫਿਰਦੇ ਕੱਪੜੇ ਤਾਂ ਪਾਏ ਹੋਏ ਨੇ ਨੰਗੀ ਤਾਂ ਨਹੀਂ ਤੁਰੀ ਫਿਰਦੀ ਚੱਲ ਬਹਿ ਜਾ ਇੰਨਾ ਸ਼ੁਕਰ ਆਪਣੇ ਵਾਲ ਨਹੀਂ ਹੈਗੇ ਨਹੀਂ ਅੱਖਾਂ ਪਾੜ ਪਾੜ ਦੇਖਣਗੇ ਚੱਲ ਉਹਨਾਂ ਤੋਂ ਬਚ ਕੀ ਰਿਹਾ ਕਰ ਓਕੇ ਮੈਂ ਕਾਲੇ ਠੀਕ ਹੈ ਆ ਜਾ ਬੈ ਜਾ ਹੋਰ ਛੱਡ ਵਾਲਾ ਚੋਰ ਨਹੀਂ ਦੇਖਿਆ ਨਾ ਉਹਦਾ ਨਹੀਂ ਦੇਖਿਆ ਇੱਕ ਉਹ ਮੈਂ ਕਹਿੰਦਾ ਸੀ ਹਾਂ ਛੋਡੇ ਵਾਲਾ ਉਹ ਸੁੱਖੀ ਕਿੱਧਰ ਗਿਆ ਗੱਡੀ 'ਚ ਲੈ ਕੇ ਇੱਧਰ ਲੰਘੇ ਨੇ ਦੋ ਜੀ ਇੱਧਰ ਲੰਘੇ ਨੇ ਹਾਂ ਉਹ ਯਾਰ ਐਂ ਕਹਿੰਦੇ ਤੇ ਉਹ ਹਾਂ ਕੋਈ ਲੈ ਰਹੇ ਖੋਖਰ ਖੋਖਰ ਵਾਲੀ ਨਰਸ ਹੈਗੀ ਹੈ ਹਾਂ ਹੈਗੀ ਹੈ ਉਹ ਕਹਿੰਦੀ ਬੱਚੇ ਬੱਚੋ ਬੱਚੇ ਬੱਚੇ ਬਣਦੀ ਆ ਉਹ ਬੱਚੇ ਕਾਹਨੂੰ ਬਣਦੀ ਹੈ ਉਹਦਾ ਡਾਕਟਰ ਨਹੀਂ ਹੈ ਹਾਂ ਚੱਲ ਮੇਰੇ ਵਾਸਤੇ ਵੀ ਇੱਕ ਲਿਆ ਦੀ ਉਹ ਐ ਕਿ ਉਹ ਗੁੱਡੇ ਲੈਣ ਗਏ ਨੇ ਉਹਦਾ ਊ ਦਵਾਈ ਦਵੂਈ ਦੇ ਦਿੰਦੀ ਹੈ ਵੀ ਜਵਾਕ ਜਵੂਕ ਠਹਿਰ ਜਾਂਦਾ ਕਈ ਵਾਰ ਆਂਡਾ ਉਂਡਾ ਨੀ ਬਣਦਾ ਹੁੰਦਾ ਅੰਦਰ ਅੱਛਾ ਹਾਂ ਜਨਾਨੀ ਦੀ ਆਂਡਾ ਕੀ ਹੁੰਦਾ ਆਂਡਾ ਜਿੱਥੋਂ ਬੱਚਾ ਪੈਦਾ ਹੁੰਦਾ ਉਹਨੂੰ ਆਂਡਾ ਕਹਿ ਦਿੰਦੇ ਨੇ ਅੱਛਾ ਹਾਂ ਫਿਰ ਉਹ ਦਵਾਈ ਨੇ ਫਿਰ ਉਹ ਬੱਚਾ ਇਹਨਾਂ ਨੇ ਤਾਂ ਹੋਊਗਾ ਮੈਂ ਵੀ ਕਹੀ ਜਾਂਦਾ ਯਾਰ ਵੀ ਮੇਰਾ ਵਿਆਹ ਕਰਾ ਦਿਉ ਉਹ ਸਾਡੇ ਵਾਲਾ ਚੋਰਾ ਨਾ ਆਪਦਾ ਹੋਵੇ ਨਾ ਮੇਰਾ ਕਰਨ ਦਿਉ ਕਰਾਉਣ ਦੇਵੇ ਉਹਦੀ ਗੱਲ ਤਾਂ ਚੱਲ ਰਹੀ ਸੀ ਓਏ ਕਿੱਥੇ ਉੱਥੇ ਉਹਦੀ ਉਹ ਸੁੱਖੀ ਕਹਿੰਦਾ ਸੀ ਮੇਰੀ ਸਾਲੀ ਦਾ ਕਰਾਉਣ ਨੂੰ ਕੀ ਬਣਿਆ ਉਹ ਜਵਾਬ ਜਵੂਬ ਦੇਗਾ ਉਹੀ ਭੈਣ ਇੱਕ ਦਿਨ ਉਹਦਾ ਉਹ ਆਇਆ ਸੀ ਪਾਪਾ ਸਾਡੀ ਮੇਰੀ ਭਰਜਾਈ ਦਾ ਭਾਬੀ ਦਾ ਉਹ ਕੱਠੇ ਮੱਠੇ ਉਹ ਹੋਰ ਬੋਲਦੀ ਜੀ ਬੋਲਦਾ ਸੀ ਉਹ ਉਦੇ ਮੈਂ ਵੀ ਗਿਆ ਸੀ ਉਦੇ ਅਸੀਂ ਖਵਾ ਪਿਆ ਕੇ ਆਈ ਸੀ ਉਹਨੂੰ ਉਹ ਫਿਰ ਤੁਸੀਂ ਨੀ ਕੰਮ ਖਰਾਬ ਕਰਿਆ ਤਾਂ ਉਹ ਉਦੇ ਹਾਂ ਕਰ ਗਿਆ ਸੀ ਉਹ ਗੁੱਸੇ ਹੋ ਕੇ ਗਿਆ ਉਹ ਤਾਂ ਕਹਿੰਦਾ ਮੈਂ ਨੀ ਬਈ ਕਰਦਾ ਕੁਰਦਾ ਹੈਗਾ ਰਿਸ਼ਤਾ ਮੈਂ ਕਹੀ ਜਾਂਦਾ ਮੇਰਾ ਕਰਾ ਦੋ ਹੁਣ ਮੇਰੇ ਨੂੰ ਵੀ ਮੰਨਦੇ ਹੈਗੇ ਉਹ ਆਪਣੇ ਵਾਲੇ ਦੀ ਵੀ ਉਮਰ ਟੱਪ ਰਹੀ ਹੈ ਬਾਈ ਸਾਰੇ ਉਹਨੂੰ ਮਾੜਾ ਮੋਟਾ ਸਮਝਾ ਦੇ ਯਾਰ ਮੇਰਾ ਤਾਂ ਹੋ ਰਹਿਣ ਦੇ ਚੱਲ ਮੈਂ ਸਮਝਾਉਂਗਾ ਜਾਣ ਤੇ ਉਹਨੂੰ ਉਹਨਾਂ ਪਰਾਂ ਥੜੇ ਥੋੜੇ ਤੇ ਬੈਠਾ ਹੋਣਾ ਚੱਲ ਮੈਂ ਚੱਲੇ ਭੇਜੂੰਗਾ ਚੰਗਾ ਮੈਂ ਜਾਣਾ ਠੀਕ ਹੈ ਚੰਗਾ ਬਾਈ ਚੰਗਾ ਲੈ ਸਿੱਧਾ ਤੁਰੇ ਨਹੀਂ ਜਾਂਦਾ ਕਹਿੰਦਾ ਮੇਰਾ ਰਿਸ਼ਤਾ ਕਰਾ ਦੇ ਉਹ ਉਮਰੋਂ 60 ਸਾਲ ਦਾ ਹੋ ਰਿਹਾ ਉਹ ਕਹਿੰਦਾ ਮੇਰਾ ਕਰਾ ਦੇ ਐਂ ਕਿ ਕੁੜੀਆਂ ਝਾੜਾਂ 'ਤੇ ਲੱਗਦੀਆਂ ਨੇ ਕੋਈ ਅਗਾਂਹ ਥੌਂ ਟਿਕਾਣਾ ਵੀ ਹੋਵੇ ਸਾਹਮਣ ਵਾਲਾ ਵੀ ਹੋਵੇ ਉਹ ਊਂ ਬਜ਼ੁਰਗ ਹੋ ਰਿਹਾ ਇਹ ਊਂ ਲੱਤੋਂ ਲਾਂਗੜ ਹੈ ਆ ਹੋਰ ਵੀ ਬੰਤੇ ਠੀਕ ਹੈ ਕਾਲੇ ਤੂੰ ਸੁਣਾ ਠੀਕ ਹੈ ਕਿਵੇਂ ਆਣਾ ਹੋ ਗਿਆ ਬਸ ਉਹੀ ਆ ਗਿਆ ਇੱਧਰ ਲੰਘਿਆ ਜਾਂਦਾ ਸੀ ਮੈਂ ਯਾਰ ਕਾਲੇ ਕੋਲ ਚੱਲ ਜਾਂਦਾ 10 ਮਿੰਟ ਚਲੋ ਵਧੀਆ ਹੋਰ ਚਾਹ ਪਾਣੀ ਬਸ ਚਾਹ ਤਾਂ ਪੀ ਕੇ ਆਇਆ
ਅੱਛਾ ਤੂੰ ਸੁਣਾ। ਮੈਂ ਕਹਿੰਦਾ ਤੀ ਉਧਰ ਕੀ ਬਣਿਆ ਆਪਣੇ ਨੇ ਸੁੱਖੀ ਦਾ ਕਿਵੇਂ? ਉਹ ਲੈ ਰਹੇ ਦਵਾਈ ਦਵਾਣ ਗਿਆ ਤੀ। ਦਵਾਈ ਲੈਣ ਗਏ ਤੇ ਹੋਰ? ਮੈਨੂੰ ਤਾਂ ਪਤਾ ਨਹੀਂ ਭਾਈ, ਹੁਣ ਗਏ ਤਾਂ ਜ਼ਰੂਰ ਤੇ ਗੱਡੀ ਜੀ ਲੈ ਕੇ ਤਿਆਰ ਹੋ ਕੇ ਜਾਂਦੇ ਤੇ। ਪਰ ਠੇਲਾ ਕਹਿੰਦਾ ਤੀ ਆਪਣੇ ਵਾਲਾ, ਹਾਂ ਕਹਿੰਦਾ ਲੈ ਰਹੇ ਗਏ ਨੇ ਉਹ ਨਰਸ ਲਵੇ। ਅੱਛਾ ਖੋਖਰ ਵਾਲੀ ਕੋਲੇ? ਖੋਖਰ ਵਾਲੀ ਕੋਲ ਦਵਾਈ ਦਵੂਈ ਲੈਣ ਗਏ ਹੋਣੇ। ਬੱਚਾ ਤਾਂ ਹੋਇਆ ਨੀ, ਕਿੰਨਾ ਚਿਰ ਹੋ ਗਿਆ ਵਿਆਹ ਹੋਏ ਨੂੰ ਯਾਰ। ਹੋਰ ਯਾਰ ਵਿਆਹ ਕਰਾ ਕੇ ਇਹ ਪੰਕੀ ਹੁੰਦਾ। ਤੇਰੇ ਵਾਲਾ ਕੀ ਬਣਿਆ ਕੰਮ ਵਾਲਾ? ਮੇਰੇ ਵਾਲਾ ਤਾਂ ਯਾਰ ਕੁਛ ਨੀ ਬਣਿਆ, ਇਹ ਤਾਂ ਸੁੱਖੀ ਦਾ ਰਾਜੀ ਆ ਵੀ ਹੋ ਜੇ। ਅੱਛਾ ਮੇਰੇ ਵਾਲੀ ਭਰਜਾਈ ਨੀ ਰਾਜੀ ਹੈਗੀ, ਤੇ ਸੁੱਖੀ ਐਂ ਕਹਿੰਦਾ ਤੀ, ਕਹਿੰਦਾ ਇਹਦੀ ਕੋਈ ਚਾਚੇ ਤਾਏ ਦੀ ਕੁੜੀ ਹੈ ਵੀ ਉਹਦੇ ਨਾਲ ਕਰਾ ਦਾਂਗੇ। ਮੈਂ ਯਾਰ ਉਹਦੇ ਨਾਲ ਤਾਂ ਨੀ ਮੈਂ ਕਰਾਉਣਾ। ਕਮਲਾ ਵਾਲੀ ਬਾਈ ਜਗ੍ਹਾ ਦਾ ਨੀ ਉਹ ਲੈ ਸਕਦੀ, ਕਾਟਰ ਵਰਗਾ ਸਰੀਰ ਤੇ। ਹਾਂ ਇਹ ਤਾਂ ਹੈ, ਲੱਖਾਂ ਚੋਂ ਇੱਕ ਤੀ ਉਹ ਤੇਰੇ ਬਾਦੀ। ਇਹ ਤਾਂ ਹੈ ਉਹ ਸਰੀਰ ਦੇ, ਸਰੀਰ ਦੇਖ। ਹੋਰ ਬਾਈ ਉਹ ਚੀਜ਼ ਤਾਂ ਕਿੱਥੇ ਮਿਲ ਸਕਦੀ ਹੈ, ਉਹ ਤਾਂ ਵੱਖਰੀ ਚੀਜ਼ ਹੈ ਕੋਈ। ਮੈਂ ਚਲੋ ਦੇਖਦੇ ਹਾਂ ਭਾਈ ਹੁਣ ਕੀ ਬਣਦਾ। ਉਹ ਤਾਂ ਹੁਣ ਵੀ ਕਦੇ ਪੁੱਛ ਲਓ ਕਦੇ ਬਾਈ ਯਾਰ ਕਾ। ਉਹ ਉਹਦਾ ਬੁੜੇ ਨੇ ਵੀ ਹਾਂ ਕਰਤੀ ਦੀ, ਇਹਨੇ ਪਤਾ ਨਹੀਂ ਕੀ ਭਾਨੀ ਮਾਰਤੀ ਉਹਦੇ, ਉਹਨੇ ਤਾਂ ਹਾਂ ਕਰਤੀ ਦੀ। ਇਹ ਸੁੱਖੀ ਦਾ ਕਰਾ ਕੇ ਰਾਜੀ ਹੈ, ਉਹ ਨਹੀਂ ਰਾਜੀ ਹੈਗੀ ਅਸਲ ਵਿੱਚ ਯਾਰ। ਮੈਂ ਤਾਂ ਕਹਿਤਾ ਫਿਰ ਮਹਾ ਵਿਚਾਲੇ ਕੰਧ ਨਿਕਲੂ ਫਿਰ। ਹਾਂ ਫਿਰ ਕਦੇ ਮੁੱਕਦੀ, ਮੈਂ ਤਾਂ ਹੋਰ ਲਿਆ ਕੇ ਬਿਠਾ ਦੂੰ, ਦੇਖ ਲੈ ਜ਼ਮੀਨ ਦਾ ਸੋਡੇ ਹੀ ਨੁਕਸਾਨ ਹੋਊਗਾ। ਸਹੀ ਗੱਲ ਹੈ, ਅੱਧ ਜਾਊਗਾ ਮਹਾ। ਹਾਂ ਹੈਨਾ, ਕਮਲ ਦੀ ਇਹ ਗੱਲ ਕਰਦੇ ਆ, ਜੇ ਉਹਦੇ ਨਾਲ ਬਣ ਜੇ ਵਾਲੀ ਵਧੀਆ ਗੱਲ ਹੈ। ਹੋਰ ਨਾਲ ਉਹਦੇ ਕਿਸੇ ਨਾਲ ਤਾਂ ਨੀ ਮੈਂ ਕਰਾਉਂਦਾ। ਹੋਰ ਉਦੋਂ ਪਹਿਲਾਂ ਕਿੰਨਾ ਚਿਰ ਤਾਂ ਤੂੰ ਘੁੰਮੇਗਾ? ਮੈਂ ਯਾਰ ਓਏ ਉਹ ਤਾਂ ਸਾਰੀ ਕਹਿ ਕੇ ਗਈ ਆ ਮੈਨੂੰ, ਯਾਨੀ ਵਿਆਹ ਮੈਂ ਤੇਰੇ ਨਾਲ ਕਰਾਉਂ। ਇਹਦੇ ਮਨ ਚ ਪਤਾ ਨੀ ਕੀ ਖੋਟ ਆ ਯਾਰ, ਜ਼ਮੀਨ ਦਾ ਲਾਲਚ ਆ ਬਸ। ਜ਼ਮੀਨ ਦਾ ਲਾਲਚ ਕੀ ਹੋ ਜਾਂਦਾ ਵੀ ਜਿਹੜੀ ਤਾਂ ਉਹ ਕੰਮ ਲਾ ਗਈ ਜੀ, ਤਾਂ ਫਿਰ ਤਾਂ ਪੱਕੀ ਰਹਿ ਜੂ। ਜੇ ਕੋਈ ਹੋਰ ਆ ਗਈ ਤਾਂ ਅੱਧ ਬਣਾ ਲੂ, ਤਾਂ ਅੱਧ ਬਣਾ ਲੂ। ਚੱਲ ਠੀਕ ਆ, ਚੰਗਾ ਯਾਰ, ਚੱਲ ਚੰਗਾ ਬਾਈ, ਮੈਂ ਤਾਂ ਚੱਲਦਾ। ਪਰਜਾਈ, ਏ ਪਰਜਾਈ ਕੀ ਆ ਸੰਗ ਪਾੜੀ ਜਾਂਦਾ? ਜਦੋਂ ਬੋਲਦੀ ਐ ਬੋਲਦੀ, ਔਖੜੇ ਘੋੜੇ ਵਾਂਗੂ। ਕਦੇ ਤਾਂ ਠੰਡੀ ਹੋ ਕੇ ਬੋਲ ਪਿਆ ਕਰ। ਚਾਚੂ ਦੇ ਦੋ ਘੁੱਟ, ਘੁੜਦ ਬਾਰੇ ਜਾਵਾਂ ਫਿਰ ਮੈਂ, ਜਮੀ ਪਾਣੀ ਚ ਬੈਠਦੇ ਜਾਂਦੇ ਹੋ। ਫੜ ਤੂੰ ਮੱਚਲਾ, ਫੂਕਲਾ ਤੂੰ ਡੱਫਲਾ ਪਹਿਲਾਂ ਚਾਹ। ਗੱਲ ਸੁਣ ਲੈ ਮੇਰੀ, 2.5 ਕਿੱਲੇ ਆਉਂਦੇ ਨੇ ਮੈਨੂੰ। ਫਿਰ ਅਸੀਂ ਕੀ ਕਰੇ, ਸਾਨੂੰ ਕੀ ਭਾਅ ਤੇਰੇ ਕਿੱਲਿਆਂ ਦਾ? ਪਾਣੀ ਮੈਨੂੰ ਤਾਂ ਕੋਈ ਭਾਅ ਨਹੀਂ ਹੈਗਾ। ਪਹਿਲਾਂ ਮੈਨੂੰ ਲਾਲਚ ਹੈਗਾ ਸੀ ਮਾੜਾ ਮੋਟਾ ਵੀ ਹਾਂ ਵੀ ਚੱਲ ਤੇਰੇ ਕੋ ਕਿੱਲੇ ਨੇ। ਹੁਣ ਜਿਹੜੇ ਹਿਸਾਬ ਤੋਂ ਮੇਰਾ ਦਿਮਾਗ ਚੱਕਿਆ ਪਿਆ ਨਾ, ਮੇਰਾ ਸਿਰ ਖੋਲਿਆ ਪਿਆ ਜਮਾ ਹੀ। ਦਿਮਾਗ ਤੇਰਾ ਹੈ ਹੀ ਨਹੀਂ, ਚੱਕੂਗੀ ਅਗਲਾ? ਤੂੰ ਹੀ ਨਹੀਂ ਘਰ ਸਾਂਭਦੀ ਹੈਗੀ, 2.5 ਕਿੱਲੇ ਕਰ ਕੇ ਜਾਨਵਰਾਂ ਨੂੰ ਹੀ ਨਹੀਂ ਸਾਂਭਦੀ ਮੈਂ। 2.5 ਕਿੱਲੇ ਕਿੰਨੇ ਦੇ ਬਣਦੇ ਨੇ ਹਿਸਾਬ ਲਾ ਲੈ ਪਹਿਲਾਂ। ਤੂੰ ਆਪਦਾ ਹਿਸਾਬ ਲਾ, ਮੈਨੂੰ ਨਾ ਚਾਹ ਪੀ ਲੈ ਚੁੱਪ ਕਰਕੇ। ਚਾਹ ਤਾਂ ਮੈਂ ਪੀ ਲੂ, ਮੇਰੀ ਗੱਲ ਸੁਣ ਲੈ। ਜੇ ਤਾਂ ਕਰ ਲਿਆ ਕੋਈ ਹੀਲਾ ਕਰਦੇ ਨਹੀਂ, ਫਿਰ ਮੈਂ ਤਾਂ ਭੋਲੀ ਨੂੰ ਲਿਆ ਕੇ ਬਿਠਾ ਦੂੰ ਰੇ। ਤੇ ਭੋਲੀ ਕੌਣ ਹੈ? ਉਹੀ ਭੋਲੀ ਜਿਹੜੀ ਪਹਿਲਾਂ ਹੁਣ ਤੁਰ ਤਟਕਾਣੇ ਆ ਗਈ। ਭੋਲੀ ਕਿਹੜੀ ਹੋਈ? ਜਿਹੜੀ ਮਰਜ਼ੀ ਹੋਵੇ ਲਿਆ ਕੇ ਉਰੇ ਬਿਠਾ ਦੂੰ ਬਰਾਬਰ। ਇੱਥੇ ਕੰਧ ਨਿਕਲੂ ਵਿਚਾਲੇ, ਫਿਰ ਬਿਠਾ ਦੇ, ਮੈਨੂੰ ਕੋਈ ਚੱਕਰ ਹੈ ਹੀ ਨਹੀਂ। ਕੰਧ ਨਿਕਲੂ ਇੱਥੇ, ਤੇਰੇ ਨਾਲ ਕਿਸੇ ਨੇ ਨਹੀਂ ਆਉਣਾ। ਆਉਣਾ ਕਿਉਂ ਨਹੀਂ? ਮਾਂਗਰ ਮਾਂਗਰ ਫਿਰਦੀਆਂ ਨੇ, ਮਾਂਗਰ ਮਾਂਗਰ। ਅੱਛਾ ਕਿੱਥੇ ਕ ਨੇ? ਮਗਰ ਤਾਂ ਹੈ ਹੀ ਨਹੀਂ। ਚੱਲ ਮੇਰੇ ਨਾਲ, ਬਾਹਰ ਖੜੀਆਂ ਹੋਣ ਮੇਰੇ ਨਾਲ, ਦੇਖ ਕੇ ਆਵਾਂ ਜਾ ਕੇ ਮੇਰੇ ਨਾਲ ਚੱਲ, ਤੈਨੂੰ ਪਤਾ ਲੱਗ ਜੂ। ਚੱਲ ਬੈਠ ਮੋਟਰਸਾਈਕਲ ਮਗਰ, ਤੇਰੇ ਨਾਲ ਜਾ ਕੇ ਮੈਂ ਬੇਇੱਜ਼ਤੀ ਕਰਾਉਣੀ ਆ। ਕਿਉਂ ਬੇਇੱਜ਼ਤੀ ਕਰਾਉਣ? ਮੇਰੀ ਇੱਜ਼ਤ ਨਹੀਂ ਕੋਈ। ਪਤਾ ਹੀ ਆ, ਹਰ ਇੱਕ ਬੰਦੇ ਨੂੰ ਪਤਾ ਵੀ ਤੂੰ ਜਨਾਨੀਆਂ ਛੇੜਦਾ ਫਿਰਦਾ ਹੁੰਦਾ। ਲੋਕ ਸਲਾਮਾਂ ਕਰਦੇ ਨੇ ਤਾਂਹੀਓ ਤਾਂ। ਥੋੜਾ ਜਲੂਸ ਕੱਢਿਆ ਹੈ ਕਿਉਂ ਬੇਚਾਰੇ? ਉਹ ਗਰੀਬ ਦਾ
ਘਰ ਪੱਟਣਾ ਮੱਘਰ ਦਾ ਹੈ ਭੋਲੀ ਨੂੰ ਲਿਆ ਕੇ ਅਗਲੀ ਵਿਆਹੀ ਬਰੀਆ ਯਾਰ ਜਵਾਕਾਂ ਵਾਲੀ ਇੱਥੇ ਵੀ ਕੋਈ ਜਵਾਕ ਹੱਸਦਾ ਖੇਡਦਾ ਤੁਹਾਡੇ ਤਾਂ ਮੈਨੂੰ ਲੱਗਦਾ ਨੀ ਗੁੱਸਾ ਦੋ ਦਵਾਈਆਂ ਲੈਂਦੇ ਫਿਰਦੇ ਹੋ ਸ਼ਹਿਰਾਂ ਚ ਮੈਨੂੰ ਸਾਰਾ ਪਤਾ ਲੱਗ ਗਿਆ ਮੈਨੂੰ ਸਾਰਾ ਪਤਾ ਲੱਗ ਗਿਆ ਜਿਹੜੇ ਦਵਾਈਆਂ ਦਵਾਈਆਂ ਲੈਂਦੇ ਫਿਰਦੇ ਹੋ ਫਿਰ ਲੈਣੇ ਫ੍ਰਿਜ ਕਿੱਡੀ ਵੱਡੀ ਮੈਨੂੰ ਲੱਗਦਾ ਨਾਰਮਲ ਪ੍ਰੋਬਲਮ ਹੈ ਅੱਜ ਕੱਲ ਇਹ ਕੋਈ ਇੰਨੀ ਵੱਡੀ ਗੱਲ ਨਹੀਂ ਹੈ 4 ਸਾਲ ਤੁਹਾਡੇ ਵਿਆਹ ਨੂੰ ਹੋ ਗਏ ਕੱਢਣ ਪਾਉਣ ਨੂੰ ਕੁਛ ਹੈ ਨਹੀਂ ਮਿਲਦਾ ਜਾਨੇ 4 ਸਾਲ ਕਿੱਥੋਂ ਹੋ ਗਏ 6 ਮਹੀਨੇ ਹੋਏ ਨੇ ਹਲੇ 6 ਮਹੀਨੇ ਹੋ ਗਏ 6 ਮਹੀਨੇ ਤਾਂ ਕਿਤੇ ਦੀ ਕਿਤੇ ਨੇ ਉਹ ਧਰ ਦਿੰਦਾ ਅਗਲਾ ਓਏ ਯਾਰ ਉਹ ਤਾਂ ਮੜੀ ਨੂੰ ਗਰਮੈਸ਼ ਜੀ ਸੀ ਉਹਦੀ ਦਵਾਈ ਲੈਣ ਉਹ ਮੈਨੂੰ ਪਤਾ ਮੈਨੂੰ ਤੁਸੀਂ ਬੁੱਧੂ ਬਣਾਉਣੇ ਯਾਰ ਓਏ ਪਿੰਡ ਚ ਹੀ ਨਾ ਗੱਲਾਂ ਡਾਈ ਜਾ ਉਹ ਤਾਂ ਮੜੀ ਮੋਟੀ ਜਨਾਨੀ ਨੂੰ ਪ੍ਰੋਬਲਮ ਆਈ ਰਹਿੰਦੀ ਹੈਗੀ ਹੈ ਹੋਰ ਆ ਗਿਆ ਫੋਨ ਲੈ ਭੋਲੀ ਦੀ ਹੂਵਨ ਕਰੇ ਉਹ ਕੱਟ ਪਰੇ ਕਿਹੜਾ ਹੈਗਾ ਛੱਟ ਪਰੇ ਆ ਫੋਨ ਜੇ ਤੇਰਾ ਭੰਨਣਾ ਪਊ ਇਹੀ ਸਾਰੇ ਪੰਗੇ ਪਾਉਣਾ ਪਤਾ ਨਹੀਂ ਕਿਹਨੂੰ ਕਿਹਨੂੰ ਨੰਬਰ ਲਾਈ ਜਾਂਦਾਗਾ ਨਾ ਹੁਣ ਤੁਸੀਂ ਮੈਨੂੰ ਨਹੀਂ ਲੱਗਦਾ ਯਾਰ ਆ ਚੱਕੂ ਉਹਦੀ ਚਾਹ ਮੈਂ ਤਾਂ ਚਾਹ ਹੀ ਨਹੀਂ ਪੀਂਦਾ ਯਾਰ ਬਹਿ ਜਾ ਤੇਰਾ ਨਾ ਮੈਂ ਤਾਂ ਜਾਣਾ ਯਾਰ ਮੈਂ ਕਰਦਾ ਐ ਨਹੀਂ ਲੋਟ ਆਵੇ ਤੁਸੀਂ ਮੇਰੀ ਗੱਲ ਸੁਣ ਆ ਦੇ ਲੈ ਕੀ ਹਰਕਤਾਂ ਕਰੀ ਜਾਂਦਾ ਮੈਂ ਚਾਹ ਪਾ ਦੂੰਗੀ ਗੋਡਿਆਂ ਤੇ ਪਾ ਦੇ ਉਹ ਮੇਰੀ ਗੱਲ ਸੁਣ ਤੂੰ ਵੀ ਟਿਕਾਈ ਨਾ ਸੁਣ ਮਾਰੀ ਗੱਲ ਤਾਂ ਸੁਣ ਲਿਆ ਕਰ ਵਿਆਹ ਕਰਾਉਣ ਚੁੱਪ ਕਰ ਗੱਲ ਸੁਣ ਕਰਾਉਣੀ ਪਊ ਯਾਰ ਤੂੰ ਵੀ ਪਹਿਲੀ ਗੱਲ ਸੁਣ ਦੇਖ ਇਹਦੀ ਇੱਕ ਭੈਣ ਆ ਦੂਜੀ ਕਰੀ ਗੱਲ ਬਾਤ ਇਹਦੀ ਇੱਕ ਵੱਡੀ ਭੈਣ ਆ ਗਈ ਤੇ ਉਹਦਾ ਘਰ ਚਲਾਉਂਦਾ ਗਾ ਬਾਰੇ ਟਰੱਕ ਟਰੁੱਕ ਉਹ ਆਉਂਦਾ ਘੱਟ ਵੱਧ ਹੈ ਤੇ ਉਹ ਮਿਲਣ ਆ ਰਹੀ ਆਪਣੇ ਉਹਦੀ ਘੱਟ ਹੀ ਬਣਦੀ ਉਹਦੇ ਨਾਲ ਲਗਭਗ ਇੱਥੇ ਬੈਠੀ ਹੈਗੀ ਪੇਕੀ ਅੱਛਾ ਤੇ ਬਸ ਛੋਟਾ ਜਿਹਾ ਜਵਾਕ ਜਾ ਉਹਦੇ ਕੋਲੇ ਤੇ ਉਹ ਉਰੇ ਆਊਗੀ ਕੋਈ ਨਾ ਆਪਾਂ ਤੇਰੀ ਉਹਦੇ ਨਾਲ ਗੱਲ ਚਲਵਾ ਦਾਂਗੇ ਜੇ ਰਾਜੀ ਹੋਈ ਇੱਥੇ ਉਹਦਾ ਇਹਨੂੰ ਤਾਂ ਪੁੱਛ ਲੈ ਪਹਿਲਾਂ ਤੂੰ ਤਾਂ ਕਹੀ ਜਾਂਦਾ ਐਂ ਕਰੀ ਮੈਂ ਇਹਨੂੰ ਪੁੱਛੇ ਹੀ ਆ ਕੋਈ ਚੱਕਰ ਨਹੀਂ ਪਤਾ ਇਹਨੂੰ ਪਤਾ ਇਹ ਕਰਾਊਗਾ ਤੇਰਾ ਸਾਥ ਅਸੀਂ ਗੱਲਾਂ ਬਾਤਾਂ ਕਰਦੀ ਰਹਿਣਾਂਗੇ ਐਂ ਵੀ ਤੂੰ ਘਰੇ ਦੇਖ ਲੈ ਗੱਲਾਂ ਬਾਤਾਂ ਕਰਦਾ ਰਹਿੰਦਾ ਦੇਖ ਲੈ ਮੈਨੂੰ ਤੂੰ ਸਪੱਤਾ ਹੁਕ ਬੋਲਦੀ ਐ ਸਪੱਤਾ ਓਏ ਯਾਰ ਐ ਨਹੀਂ ਇਹ ਗੱਲਾਂ ਬਾਤਾਂ ਕਰਦਾ ਰਹਿੰਦਾ ਫੇਰ ਮੇਰੇ ਨਾਲ ਹੀ ਕੋਈ ਕਿਹਾ ਇਹਨੇ ਵੀ ਉਹਦੇ ਬਾਰੇ ਗੱਲ ਕਰਦਾ ਓਏ ਉਹਦੇ ਨਾਲ ਕਰਦੋ ਰਹਿੰਦਾ ਗੱਲੋ ਓਏ ਟਿਕ ਗਿਆ ਉਹ ਨਾਲ ਜਿਹਦੀਆਂ ਗੱਲਾਂ ਕਰਦਾ ਉਹ ਲੈ ਜਾਂਦਾ ਓ ਯਾਰ ਗੱਲ ਤਾਂ ਸੁਣ ਲੈ ਇਹਦੀ ਭੈਣਾ ਵੀ ਇਹ ਗੱਲਾਂ ਕਰਦੀ ਰਹਿੰਦੀ ਹੈਗੀ ਅਸੀਂ ਵੀ ਹੁਣ ਮੈਂ ਵੀ ਗੱਲ ਕਰਦਾ ਉਹ ਦਿਨ ਮੇਰੇ ਉੱਤੇ ਚੜੀ ਗਈਆਂ ਉਹ ਖੜ ਜਾ ਗੱਲ ਤਾਂ ਸੁਣ ਲੈ ਮੈਂ ਤੈਨੂੰ ਲਕਵਾ ਮਾਰੇ ਹੁੰਦੇ ਯਾਰ ਮੱਕੀ ਨਾਲ ਨਲੀ ਕਰ ਦੋ ਸਿਰਗਟ ਜਿੱਡੀ ਓ ਸੁਣ ਲੈ ਗੱਲ ਐਂ ਵੀ ਉਹ ਆਊਗੀ ਉਹਦੇ ਮਿਲਣ ਉਸ ਤੋਂ ਬਾਅਦ ਐਂ ਵੀ ਉਹਦੇ ਕੋਲੇ ਸਿਆਣਾ ਬਣ ਕੇ ਰਹੇ ਨਾ ਤੈਨੂੰ ਕੀ ਪਤਾ ਵੀ ਆਊਗੀ ਇਹਨੂੰ ਪਤਾ ਨਹੀਂ ਉਹ ਇਹਨੂੰ ਹੀ ਪਤਾ ਤੈਨੂੰ ਤਾਂ ਜਾਣ ਕੇ ਨਹੀਂ ਦੱਸਦੀ ਇਹ ਦੱਸਦੀ ਆਹੋ ਬੜੀ ਉਹ ਆ ਤੇ ਤੁਹਾਡੀ ਬੁੱਢੀ ਹੋ ਐ ਹਟਾ ਲੈ ਨੀ ਮੈਂ ਆਹੀ ਮਾਰੂੰਗੀ ਡਾਂਗ ਜੀ ਜੁੱਤੀ ਲਾ ਲੈ ਇਹਨੂੰ ਫਿਰ ਉਹ ਤੈਨੂੰ ਕਿਹਾ ਇਹਨੂੰ ਕਿਹਾ ਮੈਨੂੰ ਕਿਹਾ ਤੈਨੂੰ ਕਿਹਾ ਤੂੰ ਲਾ ਕੇ ਲਾਏ ਬਹਿ ਗਿਆ ਤੇਰੇ ਤਾਂ ਹਿੰਮਤ ਨਵੀਂ ਲਿਆਂਦੀ ਐ 450 ਦੀ ਐ ਕਰੀਮ ਵੀ ਉਹਦੇ ਕੋਲ ਆ ਦੇ ਲੈ ਚੱਪਲ 250 ਦੀ ਲਿਆਂਦੀ ਸਿਆਣਾ ਬਣ ਕੇ ਰਹੀ ਤੇਰਾ ਉਹਦੇ ਨਾਲ ਗੰਡ ਧੋਪਾ ਕਰਾ ਦਾਂਗੇ ਠੀਕ ਆ ਮੈਂ ਤੂੰ ਸਿਆਣਾ ਰਹੀ ਉਹ ਬੋਲ ਜਾਣਾ ਥੱਪੀ ਜਿਵੇਂ ਪਹਿਲਾਂ ਕੰਮ ਆ ਕੀ ਕਰਦਾ ਹੁਣ ਮੈਂ ਤੇਰੀ ਅੱਖਾਂ ਕੱਢ ਲੂਗੀ ਬਾਹਰ ਐ ਕੰਮ ਕੱਢ ਲੂਗੀ ਐ ਕੰਮ ਕੱਢ ਲੂਗੀ ਓਏ ਕਿਉਂ ਬੌਲਾ ਤੇ ਬੌਲੀ ਬਣ ਗਏ ਉਹ ਜੁੱਤੀਆਂ ਤੁਹਾਡੇ ਦੋਨਾਂ ਦੀ ਨਹੀਂ ਸਕਦੇ ਬੈਠੇ ਚੱਕ ਹੀ ਜਾਨੇ ਉਹ ਕੋਲੇ ਤੂੰ ਆ ਜਾ ਲੈ ਪੰਗਾ ਫਿਰ ਕਿਉਂ ਮੇਰੀ ਤੂੰ ਚਟਣੀ ਬਣਾਉਣੀ ਹੈ ਆ ਜਾ ਆ ਜਾ ਆ ਜਾ ਚੱਲ ਤੂੰ ਅੰਦਰ ਚੱਲ ਤੂੰ ਓਏ ਹੁਣ ਤੇਰੀ ਵੀ ਲਾਹਾਂ ਜੁੱਤੀ ਦੋਨਾਂ ਨੇ ਕੀ ਗੰਦ ਪਾਇਆ ਇਹਦੇ ਵੀ ਛੱਤਰ ਫੇਰ ਨਾਲ ਇਹਦੇ ਹੀ ਫਿਰਦੇ ਨੇ ਉਹਨੇ ਫੋਕਸ ਕੀਤਾ ਮੈਂ ਐਂ ਤਾਂ ਨਹੀਂ ਲੋਟਾਉਂਦਾ ਕੰਮ ਇਹ ਤਾਂ ਹਾਂ ਹੀ ਨਹੀਂ ਕਰਦੇ ਹੈਗੇ ਪਤੰਦਰ ਆਉਂਦਾ ਇਹਨੂੰ ਪੁੱਛਦੇ ਆ ਉਹ ਕਿਉਂ ਮੰਨਤਿਆ ਠੀਕ ਆ ਬਾਈ ਕਿਵੇਂ ਸੋਚੀ ਜੀ ਪੈ ਪਿਆ ਉਹ ਮੈਂ ਤਾਂ ਯਾਰ ਇਹੀ ਸੋਚੀ ਜਾਂਦਾ ਸੀ ਕੀ ਸੋਚੀ ਜਾਂਦਾ
ਵੀ ਯਾਰ ਤੁਸੀਂ ਹੁਣ ਕੋਈ ਹੱਲ ਕਰਦੇ ਨਹੀਂ ਮੇਰਾ। ਉਹ ਕਰਾਂਗੇ, ਤੇਰੀ ਭਰਜਾਈ ਨਾ ਕਰ ਲੈਣ ਗੱਲ, ਕੀ ਕਰਦੀ ਆ? ਉਹ ਨਹਾਉਣ ਲੱਗ ਰਹੀ ਆ ਤਾਂ। ਅੱਛਾ, ਨਹਾਉਂਦੀ ਆ? ਹਾਂ। ਦੇਖੋ ਜੇ ਤਾਂ ਕੋਈ ਕਰਦੇ ਹੋ ਗੱਲਬਾਤ ਉਹਦੇ ਨਾਲ ਕਮਲ ਬਾਰੇ, ਹਾਂ ਤਾਂ ਠੀਕ ਹੈ, ਨਹੀਂ ਬਈ ਮੇਰੇ, ਮੈਂ ਤਾਂ ਹੋਰ ਕਰਾਊਂਗਾ, ਚਾਹੇ ਮੁੱਲ ਦੀ ਲਿਆਵਾਂ, ਮੇਰਾ ਤਾਂ ਸਰਦਾ ਨਹੀਂ। ਦੇ ਬੰਤ ਯਾਰ, ਮੈਂ ਤੈਨੂੰ ਸਹੀ ਸਲਾਹ ਨਾ, ਦੇਖ ਤੂੰ ਮੇਰਾ ਭਾਈ ਆ, ਹਨਾ, ਆਪਣਾ ਪਿਆਰ ਆ, ਚੱਲ ਭਰਜਾਈਆਂ ਤਾਂ ਹੁੰਦੀਆਂ ਹੀ, ਹਨਾ, ਮੈਨੂੰ ਵੀ ਪਤਾ ਤੈਨੂੰ ਪੁੱਠਾ ਸਿੱਧਾ ਬੋਲਦੀ ਆ, ਹੁਣ ਤੈਨੂੰ ਪਤਾ ਮਸਾਂ ਮੇਰਾ ਰਿਸ਼ਤਾ ਹੋਇਆ, ਹਨਾ, ਆਪਾਂ ਉਦੋਂ ਜ਼ਿਆਦਾ ਘੂਰ ਕੱਪ ਕਰਾਂਗੇ, ਹੈ ਫਿਰ ਉਹ ਭਾਜੇ। ਹੁਣ ਮੈਂ ਤਾਂ ਤੇਰੇ ਸਾਹਮਣੇ ਦੋ ਥਾਪੜੇ ਵੀ ਲਾਤੇ ਸੀ, ਹੁਣ ਸਾਰੀ ਰਾਤ ਨਹੀਂ ਉਦੋਂ ਮੇਰੇ ਨਾਲ ਬੋਲੀ, ਹੈ। ਬਾਕੀ ਰਹੀ ਗੱਲ ਕਮਲ ਵਾਲੀ, ਦੇਖ ਯਾਰ ਕਮਲ ਨਾਲ ਤੇਰੇ ਗੰਢੇ ਗੱਲ ਨੇ ਨੀ, ਕਿਆ ਉਹ ਯਾਰ ਗੱਲ ਕਈ ਵਾਰੀ ਹੋਈ ਆ, ਉਹ ਤਾਂ ਕਹਿੰਦੀ ਬਸ ਮੈਂ ਹਜੇ ਵਿਆਹ ਕਰਾਉਣਾ ਨਹੀਂ, ਮੈਂ 2 ਸਾਲ ਨਹੀਂ, 4 ਸਾਲ ਨਹੀਂ ਕਰਾਉਣਾ, ਕਦੇ ਕਹਿੰਦੀ ਮੈਂ ਤਾਂ ਕਰਾਉਣੀ ਨਹੀਂ, ਵਿਆਹ ਤੋਂ ਕੀ ਭਾਲਦੇ ਹੋ। ਬਸ ਬਈ ਉਹ ਕੁੜੀ ਵੈਸੇ ਵੀ ਠੀਕ ਨਹੀਂ ਹੈਗੀ। ਨਹੀਂ ਯਾਰ, ਪੀਸ ਤਾਂ ਐਣਾ, ਉਹ ਗਾਡਰ ਪੀਸ ਆ ਉਹਦੇ ਵਰਗੀ ਕੁੜੀ ਤਾਂ ਠੀਕ ਆ, ਸੋਹਣੀ ਸੁਨੱਖੀ ਤਾਂ ਹੈਗੀ ਆ, ਫਿਰ ਹੋਰ ਹੁਣ ਕਿੱਥੋਂ ਲਿਆਵੇਂਗਾ? ਉਹ ਪੀਸ ਪੂਸ ਨੂੰ ਤੂੰ ਛੱਡ ਯਾਰ, ਪੀਸ ਹੋਰ ਬਥੇਰੇ ਮਿਲ ਜਾਣਗੇ, ਉਹਦੇ ਵਰਗਾ ਨਹੀਂ ਮਿਲਣਾ। ਐਂ ਤਾਂ ਪਤਾ ਮੈਨੂੰ ਬਈ ਵਧੀਆ ਪਟੋਲਾ ਯਾਰ ਪੂਰਾ ਮੰਬਾ, ਜਿਵੇਂ ਕਹਿ ਨਹੀਂ ਹੁੰਦੇ ਵੀ ਪੁਰਜਾ ਬੜਾ ਸਾਰਾ, ਹੈ ਤਾਂ ਪੁਰਜਾ ਪੂਰਾ। ਹਾਂ ਉਹਦੇ ਵਰਗੀ ਨਹੀਂ ਮਿਲਣੀ ਹੈਗੀ, ਲੱਖਾਂ ਚੁੱਕ ਹੈ ਯਾਰ। ਇੱਕ ਇਹਦੀ ਹੋਰ ਆ ਘਰਾਂ ਚੋਂ ਕੁੜੀ, ਤੈਨੂੰ ਪਤਾ ਦੱਸਿਆ ਸੀ ਉਹਦੇ, ਹਾਂ ਤਾਂ ਕਹਿੰਦਾ ਸੀ ਤੂੰ, ਉਹਦੀ ਵੀ ਘਰ ਆ ਜਾਂਦਾ ਮੰਨਦੀ ਨਹੀਂ। ਅੱਛਾ, ਉਹ ਜਵਾਕ ਲੈ ਕੇ ਇੱਥੇ ਪੇਕੀ ਬੈਠੀ ਹੈਗੀ। ਅੱਛਾ, ਉਹਦੇ ਨਾਲ ਗੱਲਬਾਤ ਸਾਡੀ ਹੁੰਦੀ ਰਹਿੰਦੀ ਹੈ, ਹੁਣ ਰਿਸ਼ਤੇਦਾਰੀ ਹੈ ਤੈਨੂੰ ਪਤਾ। ਉਹ ਕਹਿੰਦੀ ਸੀ ਮੈਂ ਆਊਂਗੀ, ਉਹਦੇ ਨਾਲ ਗੱਲ ਹੋਈ ਸੀ ਰਾਤ ਵੀ, ਪਰਸੋਂ ਨੂੰ ਕਹਿੰਦੀ ਸੀ ਆਊ, ਕੱਲ ਨੂੰ ਉਹਨੂੰ ਕੋਈ ਕੰਮ ਆ ਕਿਤੇ ਜਾਣਾ ਜੂਣਾ, ਤੇ ਪਰਸੋਂ ਨੂੰ ਆਜੂਗੀ। ਅੱਛਾ, ਬਸ ਐਂ ਆ ਵੀ ਹੁਣ ਤੇਰੇ ਅੱਗੇ ਬੇਨਤੀ ਬਈ ਹਿਸਾਬ ਨਾਲ ਰਹੀ ਸਿਆਣਾ ਬਣ ਕੇ। ਅੱਛਾ, ਉਹਨੂੰ ਐਂ ਲੱਗੇ ਮੁੰਡਾ ਤਾਂ ਵਧੀਆ ਗਾ, ਹਨਾ, ਤੇ ਮੈਂ ਤੇਰਾ ਰਿਸ਼ਤਾ ਕਰਾ ਕੇ ਰਾਜੀ ਹਾਂ, ਫਿਰ ਤੇਰੇ ਭਰਜਾਈ ਤਾਂ ਮੌਕਾ ਹੀ ਭਾਲਦੀ ਹੈ ਨਾ, ਭਾਨੀ ਮਾਰਨ ਲੱਗੀ, ਉਹ ਤਾਂ ਹਾਂ, ਬਸ ਤੂੰ ਸਿਆਣਾ ਬਣ ਕੇ ਰਹੀ, ਕੋਈ ਗੱਲ ਨਹੀਂ, ਵਧੀਆ ਉਹ ਵੀ ਉੱਚੀ ਲੰਮੀ ਹੈ ਕੁੜੀ, ਪਰ ਉਹਦੇ ਵਰਗੀ ਤਾਂ ਨਹੀਂ ਹੋਣੀ। ਐਂ ਨਹੀਂ, ਉਹ ਤਾਂ ਯਾਰ ਬਾਹਲੀ ਗੋਰੀ ਚਿੱਟੀ ਆ, ਉਹਦੇ ਵਰਗੀ ਤਾਂ ਨਹੀਂ ਹੋਣੀ, ਜਿਵੇਂ ਮਲਾਈ ਵਰਗੀ ਪਈ ਆ, ਉਹ ਤਾਂ ਪੋਲੀ ਪੋਲੀ, ਜਿਵੇਂ ਰੂੰ ਹੁੰਦੀ ਹੈ ਨਾ ਰੂੰ ਵਰਗੀ, ਐਂ ਵੀ ਰੰਗ ਦੀ ਤਾਂ ਥੋੜ੍ਹੀ ਠੀਕ ਠਾਕ ਆ, ਐਂ ਵੀ ਉੱਚੀ ਲੰਮੀ ਸੋਹਣੀ ਆ ਕੁੜੀ। ਚਲੋ ਕੋਈ ਨਹੀਂ, ਦੇਖਦੇ ਆ ਫਿਰ, ਇਹਨੂੰ ਪਤਾ ਜਵਾਕ ਨੂੰ ਨਾਲ ਹੀ ਲਿਆਵੇ, ਪਰਸੋਂ ਨੂੰ ਆਊਗੀ, ਹਾਂ ਪਰਸੋਂ ਨੂੰ ਪੱਕਾ ਗੱਲ ਹੋ ਗਈ, ਉਹ ਕਹਿੰਦੀ ਕੱਲ੍ਹ ਨੂੰ ਮੈਨੂੰ ਕੰਮ ਆ, ਆਪਾਂ ਤੂੰ ਸੱਦੀ ਹੈਗੀ ਵੀ ਚੱਲ ਮਿਲ ਜੀ ਉੱਥੇ, ਨਾਲੇ ਐਂ ਗੱਲੀ ਬਾਤੀ ਕਰ ਲਾਂਗੇ ਵੀ, ਦੇਖ ਇਹਦਾ ਵਧੀਆ ਜੀ ਲੱਗ ਗਿਆ ਉਹਰੇ, ਦੇਖਿਆ ਵੀ ਘਰ ਬਾਰ ਵਧੀਆ, ਹਨਾ ਕਬੀਲਦਾਰੀ ਵਧੀਆ, ਇਹਨੀ ਪਤਾ ਅਸੀਂ ਗੱਲੀ ਬਾਤੀ ਪੁੱਛ ਲਾਂ ਵੀ ਉਰੀ ਕਰਾ ਲਾ ਤੂੰ, ਹਨਾ ਉੱਥੇ ਸ਼ਰਾਬੀ ਨੇ ਕੀ ਮੱਥਾ ਮਾਰਦੀਆਂ, ਐਂ ਨੀ ਪਤਾ ਤੇਰੀ ਦਾਲ ਗੱਲ ਜੇ, ਚਲੋ ਦੇਖ ਲਾ ਵਿੱਚ ਰਹੀ ਪੂਰਾ, ਨਾ ਕੋਈ ਨੀ ਸਾਹ ਤੈਨੂੰ ਲਾਂਭਾ ਨਹੀਂ ਆਊਗਾ। ਹਾਂ ਐਂ ਵੀ ਲੋਕਾਂ ਮਗਰ ਆਉਣ ਲੱਗੀ ਕਿਸੇ ਮਗਰ ਵੀ ਆਹ ਕਰਦੇ ਆਹ ਕਰਦੇ, ਕਿਤੇ ਬਾਂਹ ਮੂੰਹ ਫੜ ਲਏ, ਨਾ ਨਾ ਇਹ ਕੰਮ ਨਾ ਨਾ, ਬਸ ਅਸੀਂ ਆਪੀ ਸਾਰਾ ਕਰਾਂਗੇ, ਮੁੰਡਾ ਤੈਨੂੰ ਸੋਹਣਾ ਲੱਗਦਾ ਕਿਵੇਂ ਵਧੀਆ, ਅਸੀਂ ਪੂਰੀ ਆਪਦੇ ਵੱਲੋਂ ਬਾਹ ਲਾਵਾਂਗੇ, ਠੀਕ ਆ? ਠੀਕ ਆ ਬਾਈ, ਹਾਂ ਆਊਗੀ ਪਰਸੋਂ ਨੂੰ, ਠੀਕ ਆ, ਉੱਚੀ ਲੰਮੀ ਵਧੀਆ ਕਰਦਾ ਕਮਲ ਨੂੰ, ਉੱਚਾ ਗਾ ਕਰਦਾ। ਚਲੋ ਕੋਈ ਨੀ, ਜੇ ਤੂੰ ਕਹਿਣਾ ਹੋਈ ਚਿੱਟੀ ਉਨੀ ਹੈ ਨੀ, ਨਾ ਹੀ ਉਹਨਾਂ ਗੰਧਮਾ ਸਰੀਰ, ਉਹ ਜ਼ਰੂਰਤ ਤਾਂ ਕਿੱਥੇ ਹੈ, ਐ ਨੀ ਉਹ ਨੀ ਮਿਲਦੀ ਫਿਰ, ਚੱਲ ਕੋਈ ਉਹ ਤਾਂ ਮਨ ਤਾਂ ਉਹ ਵੀ ਜਾਂਦੀ ਪਰ ਤੇ ਰਲੀ ਲੈਣੇਦਾਰ ਨਹੀਂ ਉਹਨੂੰ, ਨਹੀਂ ਮੰਨਦੀ, ਨਹੀਂ ਮੰਨਦੀ ਪਤਾ ਮੈਨੂੰ, ਉਹ ਤਾਂ ਯਾਰ ਤੂੰ ਪੈਸੇ ਖਾ ਪੀ ਜਾਂਦੀ, ਕੀ ਫਾਇਦਾ ਸੀ, ਹੈਂ ਹਾਂ ਫਿਰ ਉਹਦਾ ਕੀ ਫਾਇਦਾ, ਚੱਲ ਠੀਕ ਹੈ, ਆਪਦਾ ਘਰ ਹੀ ਪੱਟਾ ਜਾਂਦਾ, ਚੰਗਾ ਬਾਈ ਦੇਖਦੇ ਹਾਂ ਫਿਰ, ਜਾ ਸੱਤ ਸੁੱਥ 'ਚ ਫਿਰ, ਚੰਗਾ ਬਾਈ, ਕਾਲੇ ਹੁਣਾਂ ਕੋਲ ਬੈਠਿਆ ਹੋਰ ਕੀ, ਕਾਲੇ ਕੋਲ ਹੀ ਜਾਂਦਾ, ਹਾਂ ਇਹ ਵੀ ਨਹੀਂ ਆਈ ਨਹਾ ਕੇ ਪਤਾ ਨਹੀਂ ਕੀ ਕਰਨ ਲੱਗ ਗਈ, ਚੱਲ ਪਰਸੋਂ ਨੂੰ ਤਾਂ ਆਊਗੀ ਹੋਈ, ਇਹਦਾ ਵੀ ਗੰਢ ਤੋਪਾ ਕਰਾ ਦਈਏ, ਹੋਰ ਵਿਚਾਰਾ ਰੋਜ਼ ਕਹਿੰਦਾ ਰਹਿੰਦਾ ਯਾਰ ਮੈਨੂੰ ਤਾਂ ਤਰਸ ਆਉਂਦਾ, ਇਹੀ ਨਹੀਂ ਮੰਨਦੀ।
ਆ ਬੈਠਾ ਕਾਲਾ ਤਾਂ। ਉਹ ਕਿਵੇਂ ਕਾਲੇ? ਠੀਕ ਹੈ ਬਾਈ ਬੰਤੇ, ਕਿਵੇਂ ਇੰਨਾ ਖੁਸ਼ ਲੱਗ ਰਹੇ? ਉਹ ਗੱਲੇ ਖੁਸ਼ੀ ਵਾਲੀ ਹੈ। ਇੰਨੀ ਜੀ ਕੀ ਗੱਲ ਹੋ ਗਈ? ਉਹ ਯਾਰ ਉਹ ਨਾ ਪਰਸੋਂ ਨੂੰ ਹੋ ਆ ਰਹੀ ਹੈ। ਕਮਲ? ਕਮਲ ਕੌਣ ਯਾਰ? ਹੋਰ ਕਿਹੜੀ? ਇਹਦੀ ਕੋਈ ਗਾਂ ਰਿਸ਼ਤੇਦਾਰੀ 'ਚੋਂ ਹੈ ਕੁੜੀ। ਅੱਛਾ। ਸੁੱਖੀ ਕਹਿੰਦਾ ਵੀ ਉਹਦੇ ਨਾਲ ਕਰਾ ਦਿੰਦੇ ਤੇਰਾ ਗੱਲਬਾਤ, ਵੀ ਵਿਆਹ ਤੇਰਾ ਕਰਾ ਦਿੰਦੇ ਹਾਂ। ਚੱਲ ਠੀਕ ਹੈ। ਹੁਣ ਕਿਵੇਂ ਕਰੀਏ? ਅਸਲ ਕਮਲ ਤਾਂ ਕਮਲ ਇਹਦੀ ਹੈ ਨਾ। ਕਮਲ ਜਦੋਂ ਹੁੰਦੀ ਨਹੀਂ ਮਾਰ ਪੂੰਛ ਬਰਾ। ਚੱਲ ਤੂੰ ਐਂ ਦੱਸ ਮੈਨੂੰ, ਐਤਕੀ ਫਾਇਰ ਫੋਕਾ ਨਾ ਜਾਵੇ, ਤੂੰ ਮੈਨੂੰ ਕੋਈ ਸਕੀਮ ਦੱਸ ਵੀ ਕਿਵੇਂ ਕਰੀਏ। ਸਕੀਮ ਦਾ ਮੈਂ ਕਹਿਣਾ ਥੋੜ੍ਹੀ ਜਿਹੀ ਤਾਂ ਉਗਾਲੀ ਫੀਮ। ਅੱਛਾ। ਥੋੜ੍ਹੀ ਜਿਹੀ ਗਾਲੀ ਭੁੱਕੀ। ਅੱਛਾ। ਸਾਰਾ ਦਿਨ ਚੀਜ਼ ਰੱਖਿਆ ਰਹੂਗਾ। ਅੱਛਾ ਅੱਛਾ। ਫਿਰ ਹਾਂ ਵਧੀਆ ਮਨੋਰੰਜਨ ਹੋਊਗਾ। ਅੱਛਾ। ਬਾਕੀ ਬਾਈ ਜੀ ਤੂੰ ਡਾਕਟਰ ਲੈ। ਅੱਛਾ। ਹਾਂ ਬਾਈ ਜੀ ਦਿਲ 'ਚ ਵਾਲੀ ਕੁੜੀ ਦੀ ਪੱਕੀ ਗੱਲ ਹੈ। ਹਾਂ ਠੀਕ ਹੈ। ਸੁਖੀ ਤਾਂ ਕਰਾ ਕੇ ਰਾਜੀ ਹੈ, ਮੇਰੇ ਵਾਲੀ ਭਰਜਾਈ ਨੀ ਰਾਜੀ ਯਾਰ। ਭਾਈ ਦਾ ਭਾਈ ਹੁੰਦਾ ਫਿਰ। ਮੈਂ ਕਿਹਾ ਫਿਰ ਵਿਚਾਰ ਦੀ ਕੰਧ ਨਿਕਲੂਗੀ, ਦੇਖ ਲੈ ਮੈਂ ਤੈਨੂੰ ਵੀ ਕਹਿਤਾ। ਇਹ ਸੁਖੀ ਕਹਿੰਦਾ ਨਹੀਂ ਯਾਰ ਤੂੰ ਐ ਨਾ ਕਰ, ਵੀ ਮੈਂ ਬੁਲਾਉਣਾ ਪਰਸੋਂ ਨੂੰ ਆਉਗੀ। ਸੁਖੀ ਫਿਰ ਟੈਨਸ਼ਨ ਲੈਂਦਾ ਤੇਰੀ। ਹਾਂ ਚੱਲ ਠੀਕ ਹੈ ਫਿਰ। ਚੰਗਾ ਬਾਈ, ਤੇ ਇਹੀ ਸਕੀਮ ਲਾਉਂਗੇ। ਠੀਕ ਹੈ ਠੀਕ ਹੈ, ਗੱਲ ਫਿਰ ਦੇਖਦੇ ਹਾਂ। ਚੰਗਾ। ਦੇਖੋ ਸਕੀਮ ਤਾਂ ਦੇਤੀ ਜੇ, ਚੱਲ ਜੇ ਚੱਲ ਜੂਗੀ। ਸੁੱਖੀ ਵੀ ਤਾਂ ਭਾਈ ਵਧੀਆ ਟੈਨਸ਼ਨ ਲੈਂਦਾ ਯਾਰ, ਵਿਚਾਰੇ ਦਾ ਹੋ ਜੂਗਾ। ਕਮਲ ਕਮਲ ਲਾ ਰੱਖੀਏ, ਚੱਲ ਸੁੱਖੀ ਨਾਲ ਹੋਰ ਟੋਲੀ ਹੋਣੀ, ਟੋਲੀ ਤਾਂ ਵਧੀਆ ਹੋਣੀ, ਭਾਈ ਦਾ ਕਿਹੜੀ ਮਾੜੀ ਜਿਹਾ ਕਰੇ। ਲੈਪਲ ਦਾ ਖਾਣ ਦੇ ਗੋਲੀ ਆ, ਅੱਜ ਕੰਮ ਆਲਾ ਨਾ ਜਾਵੇ। ਹੁਣ ਲਾਉਣ ਦੇ ਕਾਰਡ ਮਾਲ ਵੀ ਐਨ ਹੈ ਸਿਰੇ ਦਾ। ਦੋ ਅਮਾਰ ਚਮਚੇ ਦੇਖੀ ਮਾਲ ਵੀ ਸਾਲਾ ਗਲ ਚੀਰਦਾ ਜਾਂਦਾ, ਮਾਲਾ ਜਾ ਨਾ ਆਵੇ ਸਾਲੀ ਦਾ ਉਹਦਾ ਸਾਲੇ ਵਾਸਤੇ। ਹੁਣ ਮਾੜਾ ਜਿਹਾ ਸਰੀਰ ਜਗੜਿਆ, ਮੈਨੂੰ ਲੱਗਦਾ ਪਹਿਲਾਂ ਭਰਜਾਈ ਨਾਲੇ ਦੇਖਣ ਦੇ ਚੱਟ, ਨਾਲੇ ਪਤਾ ਲੱਗ ਜਾਊ ਸਮਾਨ 'ਚ ਕਿੱਦਾਂ ਕਿੱਦਾਂ ਹੈ। ਚੱਕਰ ਮੈਨੂੰ ਤਾਂ ਲੱਗਦਾ ਜੀ ਦੇਖੀ ਜਾਊ ਕਰ ਦੇਖ ਬਸ, ਸਮਾਨ ਦਾ ਕਿੱਧਰ ਪੈ ਗਿਆ, ਸਮਾਨ 'ਚ ਦੌੜੀ ਪੈ ਜਾਂਦੀ। ਬਾਰਾਂ ਇੱਕ ਕਦੋਂ ਵੱਜਿਆ ਪੈਂਦਾ ਭਰਜਾਈ ਨੂੰ ਦੇਖਣ ਦੇ ਚੱਟ, ਮੋਟਾ ਸਰੀਰ ਬਣਿਆ ਹੋਇਆ ਅੰਦਰ ਹੀ ਐਵੇਂ ਲੱਗਦਾ।